ਘੱਟ ਜੂਗਾ ਆਪਣਾ ਮੈਚ ਚੱਲਦੇ ਚੱਲਦੇ। ਦੌਲੀ ਅਲਕੜਿਆਂ ਵਾਲਾ, ਦੌਲੀ ਅਲਕੜੇ ਪਿੰਡ ਵਾਲਾ, ਉਹਦਾ ਵਿਸ਼ੇਸ਼ ਸਨਮਾਨ ਹੋਏ। ਔਰ ਸੁੱਖਾ ਕਨਿਆਲ ਜੀ, ਕੋਈ ਗੱਲ ਨੀ, ਖਿਡਾਰੀਆਂ ਕਰ ਲਈਏ ਪਹਿਲਾਂ। ਲੱਖਾ ਸਾਡਾ ਵੀਰ ਕੱਲਾ ਵਾਲਾ, ਇੰਟਰਨੈਸ਼ਨਲ ਕਬੱਡੀ ਖਿਡਾਰੀ ਲੱਖਾ ਕਲਕਲਾ, ਇਹ ਵੀ ਸਨਮਾਨ ਚ ਲੈ ਰਹੇ ਨੇ। ਬੋਲਦੇ ਬੋਲਦੇ ਸਾਰਿਆਂ ਦਾ ਬੋਲਦੇ, ਸੁੱਖਾ ਕਨਿਆਲ ਖਿਡਾਰੀ ਕਰਦੇ। ਰਾਜੂ ਚੰਦਬਾਜਾ ਜ਼ਿਲ੍ਹਾ ਫਰੀਦਕੋਟ ਦੀ ਟੀਮ, ਬਾਬਾ ਫਰੀਦ ਅਕੈਡਮੀ ਦਾ ਖਿਡਾਰੀ ਹੈ, ਇਹਦਾ ਵਿਸ਼ੇਸ਼ ਸਨਮਾਨ ਹੋ ਰਿਹਾ। ਆਓ ਜੀ। ਨਾਲ ਹੀ ਚਰਿੱਕ ਵਾਲਾ ਬਿੱਟੂ ਗੱਭਰੂ, ਬਹੁਤ ਵਧੀਆ ਖਿਡਾਰੀ ਹੈ, ਬਦਨੀ ਤੇਜਪਾਲ ਤੇਜੀ ਦੀ ਟੀਮ ਦੇ ਲਿਖੇ ਜੀਵਨ ਤਾਂ ਲੈ ਕੇ ਵੀ ਸਨਮਾਨ ਚ ਲੈਣ ਜੀ। ਇੱਕੋ ਮਿੰਟ ਦਰਬਾਰ ਜੀ, ਬਸ ਸੋਨਾ ਕੱਲ ਕਲਕਲਾ ਇਹਨਾਂ ਦੇ ਵਿਸ਼ੇਸ਼ ਅਮਨ ਜੀ, ਇੱਕੋ ਮਿੰਟ ਜੀ ਬਸ। ਲਓ ਜੀ ਅਮਨ ਬਰਾੜ ਜੀ ਲੰਘਿਆ, ਤੁਸੀਂ ਸਨਮਾਨ ਲਓ ਜੀ। ਜੀਵਨ ਤਾਂ ਲੈ ਕੇ, ਜੀਵਨ ਤਾਂ ਲੈ ਕੇ ਸਿੱਧ ਕਬੱਡੀ ਕਮੈਂਟ, ਸਾਡਾ ਵੀ ਖੇਡ ਪ੍ਰਮੋਟਰ ਦੀ ਦੁਨੀਆਂ ਵਿੱਚ ਵੀ ਇੱਕ ਕਬੱਡੀ ਨਾਲ ਜੁੜੀ ਸ਼ਖਸੀਅਤ ਅਮਨ ਬਰਾੜ ਸਰਪੰਚ ਲੰਘਿਆਣਾ। ਸੋ ਜੋ ਕਬੱਡੀ ਨਾਲ ਪੂਰਾ ਪਿਆਰ ਰੱਖਣ ਵਾਲਾ ਸੱਜਣਾ, ਵਿਸ਼ੇਸ਼ ਸਨਮਾਨ ਹੋ ਰਿਹਾ ਜੀ। ਔਰ ਖਿਡਾਰੀਆਂ ਦੇ ਨਾਲ ਬੜਾ ਪਿਆਰ ਹੈ, ਕਹਿੰਦੇ ਸੁੱਖ ਅਰਦਾਸੇ ਵਾਲਾ ਕਬੱਡੀ ਖੇਡ ਗਿਆ, ਬੜੇ ਸੋਹਣੇ ਸ਼ੇਅਰ ਵੀ ਲਿਖਦਾ ਤੇ ਇਹਦਾ ਵਿਸ਼ੇਸ਼ ਸਨਮਾਨ ਅਮਨ ਬਰਾੜ ਲੰਘਿਆਣਾ। ਜੀਵਨ ਬਾਈ ਬੋਲ ਤਾਂ ਲੈ ਕੇ ਜਾਂ ਬੋਲੀ ਜਾਂਦਾ ਜੀ। ਸਾਧੂ ਸਿੰਘ ਸਰਪੰਚ ਦਾ ਪੋਤਰਾ ਸਾਡਾ ਵੀ ਰਹੇ, ਵੱਡਾ ਮਾਣ ਕੀਤਾ ਦੱਸਦਾ ਵੀ ਇਨਵਰਟਰ ਦੇ ਨਾਲ, ਬਹੁਤ ਧੰਨਵਾਦ। ਸੁੱਖਾ ਕਨਿਆਲ ਬਾਬਾ ਜੀ ਕਨਿਆਲ ਭੇਜੇ ਹੋਏ ਹੈ, ਜੀਵਨ ਤਾਂ ਲੈ ਕੇ ਪ੍ਰਸਿੱਧ ਸਾਲ ਦੀ ਉਮਰ ਹੈ, ਇਹਨਾਂ ਨੇ ਵੀ ਆਪਣੀ ਛਾਤੀ ਦੇ ਪ੍ਰੇਤਾਂ ਭੱਜ ਕੇ ਦਿਖਾਈਆਂ ਹੈ, ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਚੱਕਰ ਲਾਉਣਗੇ, ਸਾਰਿਆਂ ਨੇ ਜ਼ਰੂਰ ਮਾਰ ਕੇ ਬਚਣਾ। ਲਓ ਇਧਰਲੇ ਬੰਨੇ ਵੇਖ ਰਹੇ ਵੀ ਦਲਜੀਤ ਸਿੰਘ ਨੌਜਵਾਨ ਗੱਭਰੂ ਕਬੱਡੀ ਭਾ ਰਿਹਾ ਹੈ, ਪਰ ਦੂਸਰੇ ਪਾਸੇ ਨੌਜਵਾਨ ਜਾਫੀ ਚੂੜ ਚੱਕ ਦੀ ਧਰਤੀ ਦਾ। ਹਾਂਜੀ ਸੁੱਖਾ ਕਨਿਆਲ ਜੀ, ਕਬੱਡੀ ਦਾ ਪ੍ਰਸਿੱਧ ਬੁਲਾਰਾ ਭੀਮਾ ਨੂੰ ਕਹਿੰਦਾ ਵਿਸ਼ੇਸ਼ ਸਨਮਾਨ ਹੋ ਰਿਹਾ। ਉਹਦਾ ਹਾਂਜੀ ਬੂਟਾ ਹਾਲ ਵਾਲੀ ਆ, ਕਬੱਡੀ ਦਾ ਪ੍ਰਸਿੱਧ ਬੁਲਾਰਾ ਸਾਡਾ ਵੀਰ ਸੁੱਖਾ ਕਨਿਆਲ ਜੀ ਨੂੰ ਦੇ ਪਹਿਲਾਂ ਇੱਕ ਮਿੰਟ, ਬੂਟੇ ਸੁੱਖੇ ਦਾ ਬਾਈ ਸੁੱਖੇ ਦਾ ਕਨਿਆਲ ਦਾ, ਇੱਕ ਮਿੰਟ ਜੀ ਕੋਈ ਗੱਲ ਨੀ, ਸਾਰਿਆਂ ਨੂੰ ਸਨਮਾਨ ਦੇਵਾਂਗੇ। ਸੁੱਖਾ ਕਨਿਆਲ ਸਾਡਾ ਵੀ ਪ੍ਰਸਿੱਧ ਕਬੱਡੀ ਕਮੈਂਟੇਟਰ, ਜੋ ਉਸ ਇਲਾਕੇ ਦਾ ਬਹੁਤ ਵਧੀਆ ਬੁਲਾਰਾ ਜੀ, ਇਹਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਦਵਿੰਦਰ ਰਣੀਆ ਜੀ। ਮੁੰਡਾ ਕਮੈਂਟਰੀ ਕਰਦਾ ਸੀ ਪੱਤਰਕਾਰ ਜੀ ਇਕਬਾਲ ਸਿੰਘ ਜੀ ਕਲਿਆਣ ਜਗਬਾਣੀ ਤੋਂ, ਕੋਈ ਗੱਲ ਨੀ ਤੁਹਾਡਾ ਸਨਮਾਨ ਜ਼ਰੂਰ ਕਰਾਂਗੇ ਜੀ। ਬੱਬੀ ਬੁੱਕਣ ਵਾਲਾ ਪੱਤਰਕਾਰ ਸਾਡੇ ਵੀ ਪੁੱਜੇ ਨੇ, ਇਹਨਾਂ ਦਾ ਵਿਸ਼ੇਸ਼ ਸਨਮਾਨ। ਮੁੰਡਾ ਦੋ ਕਮੈਂਟਰੀਆਂ ਨੂੰ ਕਰ ਦਿਓ ਜੀ, ਬੂਟਾ ਹਾਲ ਵਾਲਾ ਮਨਦੀਪ ਕੋਕਰੀ ਪੱਤਰਕਾਰ ਹੈ ਜੀ, ਠੀਕ ਹੈ ਜੀ। ਪੱਤਰਕਾਰ ਜੇ ਸਾਡੇ ਵੀ ਪਹੁੰਚੇ ਨੇ ਵੱਖ ਵੱਖ ਅਖਬਾਰਾਂ ਤੋਂ, ਕੋਈ ਅਜੀਤ ਤੋਂ ਪਹੁੰਚਿਆ, ਇਕਬਾਲ ਸਿੰਘ ਜੀ ਜਗਬਾਣੀ ਤੋਂ ਪਹੁੰਚੇ, ਇੱਕ ਮਿੰਟ ਜੀ, ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਜੀ। ਔਰ ਸੁੱਖ ਅਰਦਾਸੇ ਵਾਲਾ ਵੀ ਸਨਮਾਨ ਜੇ ਲੈ ਕੇ ਜਾਵੇ ਜੀ, ਕਬੱਡੀ ਖਿਡਾਰੀ ਸੁੱਖ ਅਰਦਾਸਾ ਲੈ ਗਿਆ ਜੀ, ਹੋ ਗਿਆ ਉਹਨਾਂ ਦਾ ਸਨਮਾਨ। ਇਧਰਲੇ ਪਾਸੇ ਪ੍ਰੀਤਮ ਕਬੱਡੀ ਕਬੱਡੀ ਕਰਦਾ ਹੋਇਆ, ਪੁਰਾਣੇ ਵਾਲੀਆਂ ਗੱਭਰੂ ਵੇਖਦੇ ਵੀ ਚੂੜ ਤੱਕੀਆਂ ਦਾ ਪੁੱਤ ਮਰ ਖੇਡਦਾ ਹੈ, ਪਰ ਦੂਸਰੇ ਪਾਸੇ ਨੌਜਵਾਨ ਕਹਿੰਦੇ ਵੀ ਧੱਲੇ ਕੇ ਪਿੰਡ ਮਹਿਤਾ ਦੀ ਕਬੱਡੀ ਦਾ ਵਾਰਸ ਹੈ ਨੌਜਵਾਨ ਚਰਨਜੀਤ ਸਿੰਘ, ਚਰਨਾ ਧੱਲੇ ਕੇ ਪਿੰਡ ਦਾ, ਕਹਿੰਦੇ ਕਨੇਡਾ ਖੇਡਿਆ ਅਲਬਾਤਾ ਦੇ ਪੀ ਐਸ ਸੀ ਫੈਡਰੇਸ਼ਨ ਦੇ ਲਈ, ਨੌਜਵਾਨ ਬਾਬਾ ਫਰੀਦ ਕਬੱਡੀ ਕਲੱਬ ਧੱਲੇ ਕੇ ਪਿੰਡ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਇਧਰ ਦਲਜੀਤ ਕਹਿੰਦੇ ਵੀ ਨੌਜਵਾਨ ਕਨੇਡਾ ਦੀ ਮਾਦਰ ਵੈਲੀ ਦੀ ਟੀਮ ਲਈ ਖੇਡਿਆ, ਇਹ ਸਮੇਂ ਵੱਧ ਕੇ ਕਬੱਡੀ ਪਾ ਰਿਹਾ ਹੈ ਮਾਲੇ ਪਿੰਡ ਦਾ। ਉਧਰ ਚਾਰ ਜਾਫੀ ਹੈ, ਕਹਿੰਦੇ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਲਕਸ਼ਮਣ ਸਿੰਘ ਗਿੱਲ ਦਾ ਪਿੰਡ ਹੈ ਚੂੜ ਚੱਕ, ਕਬੱਡੀ ਦੇ ਮਹਾਨ ਖਿਡਾਰੀਆਂ ਦਾ ਪਿੰਡ ਹੈ। ਇਸ ਸਮੇਂ ਦਲਜੀਤ ਦੀ ਕਬੱਡੀ, ਉਧਰਲੇ ਪਾਸੇ ਵੇਖ ਰਹੇ ਵੀ ਇੰਦਰਜੀਤ ਸਿੰਘ ਇੰਦੂ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਬੀ ਦੇ ਹਿੱਸੇ ਜੁੜਦਾ ਹੋਇਆ। ਸ਼ੇਰਾ ਰਾਉਵਾਲ ਪਿੰਡ ਦਾ ਗੱਭਰੂ ਕਬੱਡੀ ਪਾ ਰਿਹਾ, ਦੇਖਦੇ ਵੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਹੈ ਕਿ ਜਿਨ੍ਹਾਂ ਨੇ ਖੇਡੀ ਜੀ ਲਾ ਕੇ ਬੁਲਟਾਂ ਉੱਤੇ ਚੜਾਤੇ, ਜੇਬਾਂ ਨੋਟ ਨਾ ਚੱਲਣ ਵੀ ਕੋਠੀਆਂ ਕਾਰਾਂ ਵਾਲੇ ਬਣਾਤੇ, ਕਈਆਂ ਦੀ ਚੱਕ ਦਿੱਤੀ ਗਰੀਬੀ ਕਰਤੀ ਖੁਸ਼ਕੀ ਦੂਰ, ਇੰਗਲੈਂਡ ਕਨੇਡਾ ਯੂਰਪ ਦੇ ਹੁਣ ਲਾਉਂਦੇ ਫਿਰਦੇ ਟੂਰ, ਤਕਦੀਰ ਦੇ ਬੂਹੇ ਖੁੱਲ ਜਾਂਦੇ ਨੇ ਜੇਕਰ ਗੁਣ ਹੋਵਣ ਕੋਲ ਕਬੱਡੀ ਦੇ, ਹੁਣ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ ਢੋਲ ਕਬੱਡੀ ਦੇ, ਹੁਣ ਦੁਨੀਆਂ ਦੇ ਵਿੱਚ
ਵੱਜ ਗਏ ਮਿੱਤਰੋ ਢੋਲ ਕਬੱਡੀ ਦੇ ਨਾਲ ਹੀ ਚਰਨਾ ਭੱਲੇ ਕਿਤੇ ਬਲਜੀਤ ਮਾਲੇ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਸ਼ੇਰਾ ਰਾਉਵਾਲ ਇਸ ਖਿਡਾਰੀ ਦਾ ਵੀ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾਵੇਗਾ ਔਰ ਇਧਰਲੇ ਬੰਨੇ ਵੇਖਣੇ ਵੀ ਪੁੱਠੀ ਪਾਈ ਹੈ ਵਾਹ ਨਾਰਾ ਬਗੇਲੇ ਦੀ ਧਰਤੀ ਦਾ ਨੌਜਵਾਨ ਗੱਭਰੂ ਕਹਿੰਦੇ ਮੱਖਣ ਡੀਪੀ ਦੀ ਟੀਮ ਲਈ ਖੇਡਦਾ ਹੈ ਅਮਨ ਐਂਡ ਅੰਬੀ ਹੱਠੂਰ ਇੰਟਰਨੈਸ਼ਨਲ ਮੋਗੇ ਦੀ ਟੀਮ ਲਈ ਪਰ ਇਸ ਸਮੇਂ ਡੱਕਿਆ ਜਾ ਚੁੱਕਿਆ ਹੈ ਪੁਆਇੰਟ ਜਿਹੜਾ ਇਸ ਸਮੇਂ ਜਾਫੀ ਦਾ ਹੈ ਚੱਲ ਵੀ ਜਵਾਨਾ ਪਾਦੀ ਕਬੱਡੀ ਅਗਲੀ ਕਬੱਡੀ ਰਾਉਵਾਲ ਦੇ ਸਿੰਘ ਸਰਦਾਰ ਸ਼ੇਰੇ ਦੀ ਹੈ ਇਧਰਲੇ ਪਾਸੇ ਵੇਖਦੇ ਹੈ ਨੌਜਵਾਨ ਕਬੱਡੀ ਪਾ ਰਿਹਾ ਉਧਰ ਕਹਿੰਦੇ ਵੀ ਕੈਨੇਡਾ ਦਾ ਹਰਵਿੰਦਰ ਸ਼ਹਿਰ ਕਹਿੰਦੇ ਲਵਾਂਦਾ ਸਟੇਟ ਦਾ ਤੇਲ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਵੈਰੋ ਕਹਿੰਦਾ ਕੁਲਵਿੰਦਰ ਧਾਨਾ ਪੰਜਾਬ ਲਾਈਵ 1.com ਦੇ ਜ਼ਰੀਏ ਇਹਨਾਂ ਮੈਚਾਂ ਨੂੰ ਤੱਕ ਰਿਹਾ ਹੈ ਇਧਰਲੇ ਪਾਸੇ ਵੇਖਦੇ ਸਾਹਮਣੇ ਨੌਜਵਾਨ ਵੇਖਦੇ ਵੀ ਬਿਲਕੁਲ ਫੜੇ ਹੋਏ ਗਿੱਟੇ ਹੈ ਕਿ ਝਟਕਾ ਮਾਰ ਗੱਭਰੂ ਆਵੇ ਗੱਡੀ ਵਿੱਚ ਵਿਚਾਲੇ ਫਸ ਗਈ ਕਹਿੰਦੇ ਵੀ ਸ਼ਮਾ ਹੈ ਮਾਲੇ ਦੀ ਧਰਤੀ ਦਾ ਜਿਹੜੇ ਪਿੰਡ ਦਾ ਪਾਲ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਚੱਲ ਵੀ ਨੌਜਵਾਨ ਦਾ ਪਾਵੀ ਕਬੱਡੀ ਕਿ ਤੇਰੀ ਰਾਹ ਵਿੱਚ ਸਾਰੀ ਕਾਇਨਾਤ ਜਲਦੀ ਨਹੀਂ ਜ਼ਿੰਦਗੀ ਭਰੋਸਾ ਯਾਰੋ ਇੱਕ ਪਲ ਦੀ ਲਾਲ ਮਿਲਦੇ ਕਰੋੜੀ ਨਾਹੀਂ ਲੱਖੀ ਮਾਲਕਾ ਨਿਗਾ ਮੇਰ ਦੀ ਗਰਾਉਂਡਾ ਉੱਤੇ ਰੱਖੀ ਮਾਲਕਾ ਨਿਗਾ ਮੇਰ ਦੀ ਗਰਾਉਂਡਾ ਉੱਤੇ ਰੱਖੀ ਮਾਲਕਾ ਇਧਰਲੇ ਪਾਸੇ ਵੇਖਦੇ ਹੈ ਵੀ ਨੌਜਵਾਨ ਗੱਭਰੂ ਚੂਰ ਤੱਕ ਪਿੰਡ ਦਾ ਦੂਸਰੇ ਪਾਸੇ ਦਲਜੀਤ ਸਿੰਘ ਮਾਲੇ ਪਿੰਡ ਦਾ ਨੌਜਵਾਨ ਜਗਰਾਜ ਦੀ ਟੀਮ ਲਈ ਖੇਡਿਆ ਮਾਲੇ ਵਾਲੇ ਲਈ ਔਰ ਇਧਰਲੇ ਪਾਸੇ ਵੇਖਦੇ ਲੱਗਦਾ ਜੱਫਾ ਬੱਲੇ ਮੈਚ ਵਾਕਿਆ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਅਗਲਾ ਮੈਚ ਇੰਦਗੜ ਤੇ ਮਾਣੂ ਕੇ ਗਿੱਲ ਇੰਦਗੜ ਵਾਰਸੀ ਜੇ ਮਾਣੂ ਕੇ ਗਿੱਲ ਪ੍ਰੀਤਮ ਪਰਾਰੇ ਵਾਲੀਆ ਵਾਹ ਕਬੱਡੀ ਕਬੱਡੀ ਕਰਦਾ ਹੋਇਆ ਗੱਭਰੂ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਵੇਖਦੇ ਹੈ ਪੈਂਤੀ ਕਬੱਡੀ ਹੈ ਖੇਡ ਮੈਦਾਨ ਦੇ ਵਿੱਚ ਪੈਂਤੀਆਂ ਕਬੱਡੀਆਂ ਨੇ ਚੜ ਚੜ ਕੇ ਤੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਵੇਖਦੇ ਵੀ ਇੱਧਰ ਦਰਸ਼ਕੀਰ ਵੀ ਪੁੱਜੇ ਹੋਏ ਹੈ ਸਾਰੇ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਉੱਧਰ ਜਥੇਦਾਰ ਹਾਕਮ ਸਿੰਘ ਜੀ ਟੋਡਾ ਬਾਰੇਵਾਲ ਕਬੱਡੀ ਦੀ ਮਹਾਨ ਸ਼ਖਸੀਅਤ ਹੈ ਨਾਲ ਸੁਖ ਢਾਲੀ ਜੀ ਉੱਧਰ ਸਾਡੇ ਵੀ ਗੁਰਪ੍ਰੀਤ ਜੀ ਬਲਰਾਜ ਜੀ ਬਾਰੇਵਾਲ ਨਾਲ ਹੀ ਕਮਿਕਰ ਔਗੜ ਜੀ ਇੱਕ ਪਾਸੇ ਵੇਖਦੇ ਵੀ ਨੌਜਵਾਨ ਲੱਖਾ ਵਾਹ ਇੱਕ ਗਾਜੀਪੁਰ ਦਾ ਪ੍ਰਸਿੱਧ ਹੈ ਪਰ ਆਹ ਨੌਜਵਾਨ ਗੱਭਰੂ ਮਾਲੇ ਦੀ ਧਰਤੀ ਦਾ ਵੇਖਦੇ ਵੀ ਨੌਜਵਾਨ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਚੱਲ ਵੀ ਨੌਜਵਾਨ ਭਾਵੀ ਕਬੱਡੀ ਪ੍ਰੀਤਮ ਸਿੰਘ ਸਰਦਾਰ ਹੈ ਕਿ ਕਬੱਡੀ ਦੇ ਵਿੱਚ ਫਰਕ ਨਹੀਂ ਕਦ ਲੰਬੇ ਛੋਟੇ ਦਾ ਵਿੱਚ ਗਰਾਊਂਡ ਦੇ ਡਰ ਨਹੀਂ ਹੁੰਦਾ ਪਤਲੇ ਮੋਟੇ ਦਾ ਚੁਸਤੀ ਫੁਰਤੀ ਦਾ ਪੇਚ ਸਿੱਖੇ ਕਮੇ ਆਉਂਦੇ ਨੇ ਤੇ ਲੰਘੇ ਵਾਲੀਆਂ ਸ਼ਾਹ ਜਾਂਦੇ ਜੋ ਮਿਹਨਤ ਲਾਉਂਦੇ ਨੇ ਇਧਰ ਇੱਕ ਛੋਟਾ ਜਿਹਾ 3 ਸਾਲ ਦਾ ਬੱਚਾ ਹੈ ਕ੍ਰਿਸ਼ਨਾ ਉਹ ਆਪਣੇ ਤਾਇਆ ਜੀ ਅਮਿਤ ਕੁਮਾਰ ਨਾਲ ਇੱਥੇ ਪੁੱਜਿਆ ਹੈ ਅਮਿਤ ਕੁਮਾਰ ਖੰਨੂ ਜੀ ਨਾਲ ਉਹ ਕਿਰਪਾ ਕਰਕੇ ਇਧਰ ਸਾਡੇ ਵੀਰ ਗੋਲਡੀ ਦੇ ਨਾਲ ਇਧਰ ਗੁਰਦੁਆਰਾ ਸਾਹਿਬ ਵਾਲੇ ਪਾਸੇ ਜਾ ਕੇ ਸੰਪਰਕ ਕਰ ਲੈਣ ਅਮਿਤ ਕੁਮਾਰ ਖੰਨੂ ਜੀ ਔਰ ਕ੍ਰਿਸ਼ਨਾ ਉਹਨਾਂ ਦੇ ਨਾਲ ਬੱਚਾ ਜੋ ਆਇਆ ਹੋਇਆ ਹੈ ਸਾਡੇ ਵੀਰ ਗੋਲਡੀ ਜੀ ਨਾਲ ਗੁਰਦੁਆਰਾ ਸਾਹਿਬ ਵਾਲੇ ਪਾਸੇ ਸੰਪਰਕ ਕਰ ਲੈਣ ਇਧਰਲੇ ਬੰਨੇ ਵੇਖਦੇ ਵੀ ਪਾਈ ਹੋਈ ਕਬੱਡੀ ਹੈ ਉਧਰ ਕਹਿੰਦੇ ਵੀ ਅਜੀਤ ਦੇ ਲਈ ਗੁਰਤੇਜ ਬੱਧੀ ਬੁੱਕਣ ਵਾਲੀਆਂ ਪੁੱਜ ਗਿਆ ਹੈ ਪੱਤਰਕਾਰ ਮੀਡੀਏ ਦੀ ਦੁਨੀਆ ਦੇ ਵਿੱਚੋਂ ਇਧਰਲੇ ਪਾਸੇ ਵੇਖਦੇ ਵੀ ਧੰਨਵਾਦ ਹੈ ਸਾਰੇ ਪੁੱਜੇ ਹੋਏ ਮੀਡੀਆ ਵਾਲੇ ਸੱਜਣਾਂ ਦਾ ਰਾਉਵਾਲ ਦਾ ਸ਼ੇਰਾ ਹੈ ਪਰ ਦੂਸਰੇ ਪਾਸੇ ਕਹਿੰਦੇ ਵੀ ਸ਼ਮਾ ਇੱਕੋ ਜਿਹੀਆਂ ਰਾਛੀਆਂ ਦੋਨੋਂ ਹੀ ਨੌਜਵਾਨਾਂ ਦੇ ਨਾਵਾਂ ਦੀਆਂ ਦੇਖਣਾ ਫੈਸਲਾ ਕੀ ਹੋਵੇਗਾ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਦਾਤੀਆਂ ਤੇ ਗਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਵੈਰ ਕਾ ਨਗੌਰ ਦਾ ਕਦੇ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਲਓ ਪੈਂਤ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਲੱਖਾ ਮਾਲੇ ਦੀ ਧਰਤੀ ਦਾ ਗੱਭਰੂ ਕਬੱਡੀ ਪਾਉਂਦਾ ਦੇਖਦੇ ਵੀ ਪਾਲ ਦਾ ਪਿੰਡ ਹੈ ਇਸ ਸਮੇਂ ਕਬੱਡੀ ਪਾਉਂਦਾ ਲੱਖਾ ਮਾਲੇ ਪਿੰਡ ਦਾ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ ਬਿਲਕੁਲ ਸਹੀ ਫੈਸਲਾ ਹੈ ਇਸੇ ਨਾਲ ਹੀ ਮੈਚ ਜਿਹੜਾ ਸਮਾਪਤ ਹੈ ਚਰਨਾ ਧੱਲੇ ਕੇ ਸਰਬਜੀਤ ਚੂਣ ਚੱਕ ਸ਼ੇਰਾ ਰਾਉਵਾਲ ਇਹ ਮੇਰੇ ਵੀਰ ਨਾਲ ਹੀ ਦਲਜੀਤ ਮਾਲਾ ਆਪਣੇ ਸਨਮਾਨ ਚਿੰਨ੍ਹ ਸਟੇਜ ਤੋਂ ਪ੍ਰਾਪਤ ਕਰ ਲੈਣ ਹਾਂਜੀ ਹਾਂਜੀ ਸਹੀ ਗੱਲ ਆ ਜੀ
ਕੁਲਫਾਨ ਕਾਰ ਬਾਜ਼ਾਰ ਵਾਲੇ ਸਾਡੇ ਵੀ ਛੱਤੀ ਪੱਪੀ ਜੀ ਸਾਡੇ ਸਹਿਯੋਗ ਨੇ ਧੰਨਵਾਦ ਹੈ। ਮੈਚ ਜਿਹੜਾ ਨਿਰਮਲ ਜੀ ਹੋ ਕੇ ਹਟਿਆ ਚੂੜ ਚੱਕ ਦੇ ਪੁਆਇੰਟ ਹੈ 8 ਚੂੜ ਚੱਕ ਦੇ ਪੁਆਇੰਟ 8 ਤੇ ਮਾਲੇ ਦੇ 10.5 ਪੁਆਇੰਟ ਹੈ। ਇਸ ਮੈਚ ਵਿੱਚ ਮਾਲਾ ਕਲਾਂ ਦੀ ਟੀਮ ਜਿਹੜੀ ਜੇਤੂ ਰਹੀ ਹੈ, ਮਾਲਾ ਕਲਾਂ ਦੀ ਟੀਮ ਚੱਲਦੇ ਹੋਏ ਮੈਚ ਦੀ ਜੇਤੂ ਟੀਮ ਹੈ। ਆਓ ਹੁਣ ਜਿਹੜਾ ਮੈਚ ਕੇਂਦਗੜ ਤੇ ਮਾਰੂ ਕੇ ਗਿੱਲ ਨਾਲ ਹੀ ਬੇਨਤੀ ਹੈ 2408 ਨੰਬਰ ਕਾਰ ਜਿਹੜੇ ਸਾਡੇ ਵੀਰਾਂ ਦੀ ਹੈ ਕਿਰਪਾ ਕਰਕੇ ਉਹ ਜਿਹੜੀ ਗੱਡੀ ਸਾਈਡ ਤੇ ਕਰ ਲਓ ਕਿਉਂਕਿ ਦਰਸ਼ਕ ਵੀਰਾਂ ਨੇ ਉਧਰੋਂ ਅਗਲੇ ਪਾਸੇ ਆਪਣੀ ਗੱਡੀ ਕੱਢਣੀ ਹੈ। 2408 ਨੰਬਰ ਜਿਹੜੇ ਵੀਰਾਂ ਦੀ ਗੱਡੀ ਹੈ ਕਿਰਪਾ ਕਰਕੇ ਆਪਣੀ ਗੱਡੀ ਜਿਹੜੀ ਸਾਈਡ ਤੇ ਕਰ ਲਓ। ਸਪਰੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪੁਸ਼ਟੀ ਕਰ ਦਿਓ। ਕਲੀਵਾਲਾ ਕੱਤਰ ਸਾਡਾ ਵੀਰ ਉਹ ਵੀ ਆਪਣੀਆਂ ਡਿਊਟੀਆਂ ਸਾਂਭ ਲਵੇ, ਧੰਨਵਾਦ ਹੈ। ਅਜਮੇਰ ਆਲਮ ਵਾਲਾ ਬਾਈ ਜੀ ਇਧਰ ਟੀਮ ਦੀ ਚਾਬੀ ਹੈ ਤੁਹਾਡੇ ਕੋਲ, ਉਹ ਗਰਾਊਂਡ ਵਿੱਚ ਪਹੁੰਚਦੀ ਕਰੋ ਜੀ। ਸਾਢੇ 10 ਤੇ 11 ਪੁਆਇੰਟ ਜੀ। ਕਰ ਦੋ ਜੀ ਸਨਮਾਨ ਮੁੰਡਿਆਂ ਨੂੰ ਕਬੱਡੀ ਵਾਲੇ ਚਰਨਾਂ ਤੋਂ ਲੈ ਕੇ। ਕੈਨੇਡਾ ਖੇਡਿਆ ਮੁੰਡਾ ਇੱਧਰ, ਦੋਨੇ ਬਹੁਤ ਇੰਟਰਨੈਸ਼ਨਲ ਕਬੱਡੀ ਖਿਡਾਰੀ। ਨਿੱਕਾ ਲੰਡੇ ਕਾਲਾ ਵੀ ਪਹੁੰਚ ਜੇ ਉਹਦਾ ਵੀ ਸਨਮਾਨ ਕੀਤਾ ਜਾਵੇਗਾ। ਇੱਧਰ ਬੇਨਤੀ ਹੈ ਵੀ ਲਾਈਟਾਂ ਜਿਹੜੀਆਂ ਚੈੱਕ ਕਰ ਲਈਆਂ ਜਾਣ ਜੀ, ਲਾਈਟਾਂ ਜਿਹੜੀਆਂ ਚੈੱਕ ਕਰ ਲਓ ਸਾਡੇ ਇਲੈਕਟ੍ਰੀਸ਼ੀਅਨ ਵੀਰ। ਲਓ ਮੈਚ ਜਿਹੜਾ ਇਸ ਸਮੇਂ ਕੇਂਦਗੜ ਦੀ ਟੀਮ ਆ ਗਈ ਇੱਧਰ ਸਟੇਜ ਵਾਲੇ ਪਾਸੇ ਤੇ ਦੂਸਰੇ ਪਾਸੇ ਟੀਮ ਕਹਿੰਦੇ ਵੀ ਮਾਰੂ ਕੇ ਗਿੱਲ ਪਿੰਡ ਹੈ। ਇਸ ਸਮੇਂ ਨੇਤੂ ਕਹਿੰਦੇ ਕੇਂਦਗੜ ਦੀ ਧਰਤੀ ਦਾ ਗੱਭਰੂ ਕਬੱਡੀ ਪਾ ਰਿਹਾ ਹੈ, ਦੂਸਰੇ ਪਾਸੇ ਨੌਜਵਾਨ ਯਾਫੀ ਮਾਰੂ ਕੇ ਗਿੱਲਾਂ ਵਾਲਾ ਕੋਸ਼ਿਸ਼ ਕਰਦਾ ਤੇ ਪੁਆਇੰਟ ਜਿਹੜਾ ਨੌਜਵਾਨ ਭਾਵੀ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਜਵਾਨਾ ਭਾਵੀ ਕਬੱਡੀ ਵੇਖਦੇ ਵੀ ਸੱਤਾ ਮਾਰੂ ਕੇ ਗਿੱਲਾਂ ਦਾ ਕੀ ਵੈਰੋ ਕੇ ਦਾ ਸਾਧੂ ਸੋ ਦੇਵੇ ਕਬੱਡੀ ਦੀਆਂ ਮੱਤਾਂ ਖੇਡੇ ਟਾਪ ਦੀ ਕਬੱਡੀ ਲੋਕੋ ਮਾਰੂ ਕੇ ਦਾ ਸੱਤਾ, ਖੇਡੇ ਟਾਪ ਦੀ ਕਬੱਡੀ ਲੋਕੋ ਮਾਰੂ ਕੇ ਦਾ ਸੱਤਾ। ਇਸ ਸਮੇਂ ਪਾਈ ਹੋਈ ਕਬੱਡੀ ਔਰ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ, ਪੁਆਇੰਟ ਜਿਹੜਾ ਜਾਫੀਆਂ ਦਾ ਹੈ। ਇੱਧਰ ਕਹਿੰਦੇ ਵੀ ਧਰਮਕੋਟ ਦੇ ਨਾਂ ਕੇ ਬੱਡੂਵਾਲ ਪਿੰਡ ਹੈ ਆਹ ਨੌਜਵਾਨ ਕਬੱਡੀ ਖਿਡਾਰੀ ਦਾ ਸਰਦਾਰ ਬਜਿੰਦ ਸਿੰਘ ਦਾ ਸਪੁੱਤਰ। ਇਸ ਸਮੇਂ ਝਗੜਾ ਕਹਿੰਦੇ ਵੀ ਲੰਮਾ ਸਮਾਂ ਭਿੰਡਰਾਂ ਨੇ ਖੇਡਿਆ, ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ। ਇਧਰਲੇ ਪਾਸੇ ਪਾਈ ਹੋਈ ਕਬੱਡੀ ਘਗੜਾ ਪਰ ਦੂਸਰੇ ਪਾਸੇ ਵੇਖਦੇ ਵੀ ਨਿੱਕਾ ਪੁਰਾਣੇ ਵਾਲੇ ਦੀ ਧਰਤੀ ਦਾ ਨੌਜਵਾਨ ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਜਿਹੜਾ ਇਸ ਸਮੇਂ ਲਓ ਕਬੱਡੀ ਕਹਿੰਦੇ ਵੀ ਆਹ ਗੱਭਰੂ ਨੇ ਨੁਕਰਾ ਘੋੜਾ ਜਿੱਤਿਆ। ਇਸ ਸਮੇਂ ਵੇਖਦੇ ਵੀ ਕਬੱਡੀ ਪਾ ਰਿਹਾ ਜੀਵਨ ਮਾਰੂ ਕੇ ਗਿੱਲਾਂ ਵਾਲਾ ਨੌਜਵਾਨ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਮਾਰੂ ਕੇ ਦਾ ਬੂਟਾ ਪੂਰੀ ਜੁਰਤ ਨਾਲ ਖੇਡਦਾ ਆਉਂਦਾ ਇਹ ਸਵਾਦ ਜੀਵਨ ਦੀ ਕੱਲੀ ਕੱਲੀ ਰੇੜਦਾ ਅੰਬੂ ਘਾਲੀ ਅਤੇ ਮਨਪ੍ਰੀਤ ਡਾਲੇ ਦੀ ਵੀ ਕੰਨੀ ਨਹੀਂ ਚੜਦਾ ਹਰਦੇਵ ਫੱਬੂ ਚੰਡੇ ਦਾ ਵੀ ਯਾਰ ਉਹ ਗਰਾਉਂਡਾ ਵਿੱਚ ਹੈ ਕਮਾਲ ਕਰਦਾ ਭੀਮਾ ਅਤੇ ਦੌਲੀ ਅਲਕੜੇ ਦੀ ਖੇਡ ਬੜੀ ਪਿਆਰੇ ਮਿੱਤਰੋ ਬਾਰੇ ਵਾਲੀਆਂ ਜੋ ਜੀਦਾਰੀ ਨਾਲ ਖੇਡਦੇ ਤੇ ਬਣ ਜਾਂਦੇ ਆ ਸੁਪਰ ਸਟਾਰ ਖਿਡਾਰੀ ਮਿੱਤਰੋ ਫਿਰ ਬਣ ਜਾਂਦੇ ਸੁਪਰ ਖਿਡਾਰੀ ਮਿੱਤਰੋ। ਨਿੱਕਾ ਮੋਰਨੀ ਲੰਡੇ ਕਮਿੰਡਲਾ ਇਹ ਗੱਭਰੂ ਨੇ ਵੀ ਖੇਡਾਂ ਵਿੱਚ ਬਹੁਤ ਤਕੜਾ ਮੁਜ਼ਾਹਰਾ ਕੀਤਾ ਜੀ। ਵਰਿੰਦਰ ਦੌਦਰ ਚਿੱਟਗਾ ਟਰਾਫ ਵਾਲਾ ਜੋਤਨ ਜੀ ਆਪਣਾ ਨਿਰਮਲ ਲੰਡੇ ਕੇ ਇਸ ਮੁੰਡੇ ਨੇ ਵੀ ਕੈਨੇਡਾ ਵਿੱਚ ਬਹੁਤ ਤਕੜਾ ਖੇਡ ਦਾ ਮੁਜ਼ਾਹਰਾ ਕੀਤਾ ਜੀ। ਨਿੱਕਾ ਲੰਡੇ ਕੇ ਨਿਰਮਲ ਲੰਗਿਆਣਾ ਵਰਿੰਦਰ ਦੌਦਰ ਵਰਿੰਦਰ ਦੌਦਰ ਹਾਂਜੀ ਪ੍ਰੀਤ ਪੁਰਾਣੇ ਵਾਲੀ ਆ ਹੋ ਗਿਆ ਜੀ। ਆ ਨਾਲ ਹੀ ਸਾਡਾ ਵੀਰ ਇਧਰੋਂ ਇਕਬਾਲ
मानुक गिला वाला अकबाल सिंह इहदा विशेष सम्मान जी ਪੈਂਦੀ ਹੋਈ ਕਬੱਡੀ ਉਧਰ ਕਹਿੰਦੇ ਵੀ ਦੁਨੀਆ ਦੇ ਮਹਾਨ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਇਧਰ ਦੇ ਬੰਦੇ ਵੇਖਦੇ ਵੀ ਨੌਜਵਾਨ ਪਾਉਂਦਾ ਹੋਇਆ ਕਬੱਡੀ ਆਹ ਨੌਜਵਾਨ ਕਹਿੰਦੇ ਵੀ ਦੋ ਘੋੜੇ ਜਿੱਤੇ ਆ ਖੇਡ ਮੈਦਾਨਾਂ ਦੇ ਵਿੱਚ ਅੱਜ ਕੱਲ੍ਹ ਕਹਿੰਦੇ ਪੂਰੀ ਚੜ੍ਹਤਾ ਹੈ ਮਾਨੂ ਕੇ ਗਿੱਲਾਂ ਦੇ ਬੂਟੇ ਦੀ ਇਸ ਸਮੇਂ ਪੈਂਦੀ ਕਬੱਡੀ ਲੱਗਦਾ ਜਫਾ ਵੇਖਦੇ ਵੀ ਬਾਰੇ ਵਾਲੀਆਂ ਟੋਨਾ ਮਾਨ ਕਰਦਾ ਇਸ ਕਬੱਡੀ ਖਿਡਾਰੀ ਤੇ ਕਿ ਕੋਈ ਨਹੀਂ ਭੱਜ ਸਕਦਾ ਗੁਰਪ੍ਰੀਤ ਦੀ ਟੱਕੀ ਲਾਈ ਤੋਂ ਮਾਰੂਕੇ ਦੇ ਬੂਟੇ ਨੇ ਜਿੱਤਿਆ ਘੋੜੇ ਜਿੱਤੇ ਘੋੜੇ ਚੁੱਗੇ ਅਤੇ ਕੋਟ ਭਾਈ ਤੋਂ ਹਰਦੇਵ ਫੱਕਰ ਝੰਡੇ ਤੇ ਕੋਈ ਵਿਰਲਾ ਹੀ ਭੱਜਦਾ ਸਿਕੰਦਰ ਨੂੰ ਫੜਦਾ ਕੋਈ ਜਾਫੀ ਲੋਕੋਂ ਚੱਜਦਾ ਮਾਰੂਕੇ ਦਾ ਜੀਵਨ ਗਰਾਉਣ ਦੀ ਛਾਰ ਹੈ ਟੋਨੇ ਬਾਰੇ ਵਾਲੀਏ ਨੂੰ ਇਹਦੇ ਉੱਤੇ ਮਾਣ ਹੈ ਲਓ ਇੱਕ ਪਾਸੇ ਨੌਜਵਾਨ ਗੱਭਰੂ ਦੇਖ ਰਹੇ ਵੀ ਇੰਦਗੜੀ ਆ ਪਰ ਦੂਸਰੇ ਪਾਸੇ ਕਹਿੰਦੇ ਨੌਜਵਾਨ ਜੀਵਨ ਮਾਰੂਕੇ ਗਿੱਲ ਪਿੰਡ ਦਾ ਟੱਟਿਆ ਜਾ ਚੁੱਕਿਆ ਪੁਆਇੰਟ ਜਿਹੜੇ ਜਾਫੀਆਂ ਦਾ ਚੱਲ ਵੀ ਪਾ ਵੀ ਗੱਭਰੂ ਕਬੱਡੀ ਇਹ ਬੰਨੇ ਵਾਹ ਕਿ ਚੰਗੀਆਂ ਖਾ ਖੁਰਾਕਾਂ ਮਿਹਨਤ ਲਾਉਣੀ ਪੈਂਦੀ ਹੈ ਇਸ਼ਕ ਮੁਸ਼ਕ ਤੋਂ ਯਾਰੋ ਅੱਖ ਬਚਾਉਣੀ ਪੈਂਦੀ ਹੈ ਕਿ ਪੈਂਦੀਆਂ ਨਾ ਕਦੇ ਪੂੜੀਆਂ ਕੁੜੀਆਂ ਪਿੱਛੇ ਲੜ ਲੜ ਕੇ ਹੁੰਦੀਆਂ ਨੇ ਮਸ਼ਹੂਰੀਆਂ ਮੋੜਾਂ ਉੱਤੇ ਖੜ ਖੜ ਕੇ ਤੇ ਘਰ ਨਾ ਪਵੇ ਸਿਰ ਜਿਵੇਂ ਕਹਿਣਾ ਸੁਨਿਆਰ ਦਾ ਫੇਰ ਕਿਤੇ ਯਾਰੋ ਰੁਤਬਾ ਮਿਲੇ ਸਟਾਰ ਦਾ ਫੇਰ ਕਿਤੇ ਯਾਰੋ ਰੁਤਬਾ ਮਿਲੇ ਸਟਾਰ ਦਾ ਇਸ ਸਮੇਂ ਵੇਖਦੇ ਸਤਾਰਾਂ ਦੀ ਖੇਡ ਹੈ ਕਹਿੰਦੇ ਵੀ ਇਸ ਸਮੇਂ ਨੌਜਵਾਨ ਸੱਤੇ ਪਾਸੇ ਸੱਤਾ ਮਾਰੂ ਕੇ ਗਿੱਲ ਪਿੰਡ ਦਾ ਪੁਆਇੰਟ ਜਿਹੜਾ ਆਪਣੇ ਨਗਰ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਚੱਲ ਵੀ ਦਿੰਦੂ ਪਾ ਵੀ ਜਵਾਨਾ ਕਬੱਡੀ ਇਸ ਸਮੇਂ ਵੇਖਦੇ ਵੀ ਮੁੰਡਾ ਇੰਦਗੜ ਦੀ ਧਰਤੀ ਦਾ ਧਰਮੇ ਦਾ ਪਿੰਡ ਹੈ ਸੇਮੇ ਦਾ ਪਿੰਡ ਹੈ ਲਓ ਇਸ ਸਮੇਂ ਪੈਂਦੀ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਖੇਡ ਮੈਦਾਨ ਦੇ ਵਿੱਚ ਹੈ ਉਧਰ ਚਾਰ ਜਾਫੀ ਹੈ ਇੱਕ ਅੜੀ ਤੇ ਵੇਖਦੇ ਵੀ ਬੂਟਾ ਮਾਰੂ ਕੇ ਗਿੱਲ ਪਿੰਡ ਦਾ ਪਰ ਦੂਸਰੇ ਪਾਸੇ ਨਿੱਕਾ ਪੁਰਾਣੇ ਵਾਲੀਆ ਉੱਚੇ ਲੰਮੇ ਕੱਦ ਦੇ ਵਿੱਚ ਨੌਜਵਾਨ ਕਰਦਾ ਦੋ ਹੱਥ ਹੰਦੇ ਨੇੜੇ ਹੈ ਧੱਕਮ ਧੱਕੇ ਹੁੰਦੀ ਜਵਾਨੀ ਦੁਨੀਆ ਸਾਰੀ ਮੰਨੇ ਹੱਟ ਕਬੱਡੀ ਬੰਨੇ ਆ ਵੀ ਹੱਟ ਕਬੱਡੀ ਬੰਨੇ ਹੱਟ ਕਬੱਡੀ ਬੰਨੇ ਆ ਵੀ ਹੱਟ ਕਬੱਡੀ ਬੰਨੇ ਵਾਹ ਜੀਵਨ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਮਾਰੂ ਕੇ ਗਿੱਲਾਂ ਵਾਲੇ ਜੀਵਨ ਦੀ ਕਬੱਡੀ ਪੈਂਦੀ ਹੈ ਦੇਖਦੇ ਵੀ ਦੂਸਰੇ ਪਾਸੇ ਦੁਨੀਆ ਦੇ ਤੋਂ ਮਹਾਨ ਜਾਫੀ ਹੈ ਇੱਕ ਅਨੀ ਤੇ ਕਹਿੰਦੇ ਸਰਦਾਰ ਸੋਰ ਸੋਨਾ ਸਪੁੱਤਰ ਬਗੀਚਾ ਇੰਦਗੜ ਦਾ ਪਰ ਦੂਸਰੇ ਪਾਸੇ ਨੌਜਵਾਨ ਗੱਭਰੂ ਇਸ ਸਮੇਂ ਇੰਦਗੜੀਆ ਪੂਰੀ ਕੋਸ਼ਿਸ਼ ਕਰਦਾ ਹੈ ਦੇਖਾਂਗੇ ਫੈਸਲਾ ਕੀ ਹੋਵੇਗਾ ਇਸ ਸਮੇਂ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਇੰਦਗੜ ਦੀ ਟੀਮ ਦਾ ਹੈ ਚੱਲ ਵੀ ਜਵਾਨਾ ਭਾਵੀ ਕਬੱਡੀ ਇਧਰ ਨੇ ਬਣੇ ਅਗਲੀ ਕਬੱਡੀ ਨੌਜਵਾਨ ਗੱਭਰੂ ਦੀ ਖੇਡ ਮੈਦਾਨ ਦੇ ਵਿੱਚ ਹੈ ਚੱਲ ਵੀ ਇਹ ਪਾਸੇ ਨੌਜਵਾਨ ਢਕਣਾ ਕਬੱਡੀ ਪਾਉਂਦਾ ਹੋਇਆ ਇਧਰ ਨੇ ਬਣੇ ਪਾਈ ਹੋਈ ਕਬੱਡੀ ਹੈ ਵਾਹ ਨਹੀਂ ਰੀਸਾ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਇਸੇ ਨਾਲ ਮੈਚ ਜਿਹੜਾ ਸਮਾਪਤ ਹੋ ਗਿਆ ਚੱਲਦੇ ਹੋਏ ਮੈਚ ਦੇ ਵਿੱਚ ਜਿਹੜਾ ਪੁਆਇੰਟਾਂ ਦਾ ਲੇਖਾ ਜੋਖਾ ਹੈ ਮਾਰੂ ਕੇ ਗਿੱਲਾਂ ਦੇ ਪੁਆਇੰਟ ਨੇ ਤਿੰਨ ਤੇ ਇੰਦਗੜ ਦੇ ਸਾਢੇ ਦਸ ਪੁਆਇੰਟ ਹੈ ਜੀ ਸ਼ੇਰਾ ਰਾਉਵਾਲ ਇੰਟਰਨੈਸ਼ਨਲ ਕਬੱਡੀ ਪਲੇਅਰ ਉਹ ਵੀ ਸਟੇਜ ਤੇ ਪੁੱਜੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਹੈ ਸ਼ੇਰਾ ਰਾਉਵਾਲ ਸੱਤਰ ਕਿਲੋ ਉੱਪਰ ਦੇ ਅਗਲੇ ਰਾਊਂਡ ਦੀਆਂ ਟਾਈਆਂ ਜਿਹੜੀਆਂ ਨਿਕਲ ਜਾ ਰਹੀਆਂ ਹੈ ਕਿਸੇ ਵੀ ਟੀਮ ਨੂੰ ਕੋਈ ਵੀ ਸ਼ੱਕ ਸੁਵਿਧਾ ਤੁਸੀਂ ਟਾਈਆਂ ਕੋਲੇ ਜਾ ਸਕਦੇ ਹੋ ਵੀਰ ਨਾਲ ਹੀ ਅਜਮੇਰ ਆਲਮ ਵਾਲਾ ਬਾਈਜੀ ਗਰਾਊਂਡ ਦੇ ਵਿੱਚ ਸੰਪਰਕ ਕਰੇ ਤੇ ਨਾਲ ਹੀ ਸੱਤਰ ਕਿਲੋ ਭਾਰ ਦੀਆਂ ਟੀਮਾਂ
जी इधर शेरा राउवाल कबड्डी खिलाड़ी इस खिलाड़ी का भी जरा विशेष तौर पर मान सम्मान शेरा राउवाल और साडा वीर शेरा राउ वाला जिथे कबड्डी सांभी उत्थे मुंडे ने सिखी भी सांभी है इहदा भी विशेष सन्मान टूरनामेंट कमेटी वल्लों कीता जा रहा है। चलो जी कबड्डी खिडारी शेरा राहुल राउ वाला मैच स्टार्ट है। मर्क दी टीम स्टेज वाले पासे और नर्म है देखने भी खोसे कोटले पिंड दा नौजवान गबरू कबड्डी पा रहा है जिवें गुरविंदर गुरी आखदा हुंदा भी जिवें हले होई नहीं तसली दिल होर मंगदा ते पॉइंट जिहड़ा इस समय नौजवान ढाबी दे हिस्से दे विच जुड़दा होया है। गोल टिकड़े कला पहुंचे जी गोल टिकड़े कला बूटा पहुंच गया जी आओ बूटा जाई कोट भाई दे घोड़े मेले तो घोड़ा जीता है मुंडे ने नुकरा घोड़ा बल्ले बल्ले कराई जी बूटे का विशेष सम्मान माला दो नुकरे घोड़े जीते जी ते इंदगढ़ माला कला ते इंदगढ़ काल कला वारसी जी जेड़ी मालक ते दौदर विचों जितेगी इन्हां टीमां दे मैच होणे है माला ते इंदगढ़ कालकड़ा ते इन्हां दे विचों जिहड़ी टीम जितेगी इधरले बने बूटा और हिंदा मलक पिंड दा पॉइंट जाफियां दे हिस्से दे विच जुड़दा होया है। पॉइंट जिहड़ा माणू के गिला वाला जीवन ते बूटा बूटे इस मुंडे ने दो नुकरे घोड़े जीते जी एक घोड़ा कोट भाई दे मेले तो एक पुचो पिंड तो बूटा जिन्हों पहला सम्मानता जी और नाल ही मैं बेनती करा जीवन माणू के गिल जीवन जी और नाल ही कबड्डी खिलाड़ी जीवन और साढ़े बहुत सत्कार योग जथेदार हाकम सिंह जी टोना बारे वाली आ विशेष तौर पर पुजे ने आजाद कबड्डी क्लब एडवेंटेज के मुख करता तरता ने एक मिनट गोल्टी करो जी वाह देखते भी एक पासे गबरू बिंदर चूड़ लगी है पर दूसरे पासे कहते दुनिया का सुपर जाफी है नौजवान दौदर पेड़ का वरिंदर इस समय लाउदा होया जफा चल भी नौजवान का भावी कबड्डी इधरले बने नरपै खुशले पिंड का बेनती है साडे वीर नूं भी ढेरियां उपर कली पा दे और जिहड़ा भी प्लेयर कबड्डी पाउण जाएगा वह अपने हाथों कई लागे जावे जी यह बेनती सारे प्लेयर इधरले पासे वेखने भी नौजवान गबरू भजदा है और वेखने निरपै पॉइंट लेके वापस लाइटा हज कह दी और मेरी बेनती भी लाइटा वाले सज्जन एक लड़ी लाइट सर्ज लाइट का स्टेडियम कर दो जी लाइटा वाले सज्जन बेनती है एक लाइट जी स्टेज पर मोड़ दो इधर जी हाँ कर देंगे हमने कर देंगे जी बेनती पानी पुनी प्याओ स्टेज धारीवाल टेंट हाउस हर खुशी के मौके पर इन्हें सजराम किए रखा सेवादार जो लगे हुए बूटा हां जी निर्मल जी धारीवाल टेंट हाउस साडा डॉक्टर वीर डॉक्टर गोरा जी पुजे ने हर खुशी के मौके पर आप धारीवाल टेंट हाउस में याद रखा और नाल ही गब्बर साउंड सरसा उमरियाणा इन्होंने वीर का बहुत धन्यवाद सूद डिजिटल स्टूडियो
हर खुशी के मौके से किसी को बेनती है कि बाहरों कोई भी सज्जन मेरा वीर बिसल ना मारे हाथ बन के बेनती है लो बारा पाउडर की धरती का पॉइंट जिहड़ा इस समय मालक की टीम के हिस्से दे विच जुड़दा होया है चल भी निरपा है ना भी नौजवान हाथों नूं कली इधर लिपने वेखदे भी नौजवान गभरू कबड्डी कबड्डी करदा होया है धन्नवाद है पुजे हुए दर्शक वीरां दा जिन्हें भी दर्शक वीर पुजे हुए है कि बड़ी दूरों दूरों आए बैठे भुखे ते आए एक गभरुआं दा शरीर इन्हां नूं ना किसी गल की घाट रड़ के अज बोलदा कबड्डी का जनून पंजाबियां दे सिर चढ़ के हैप्पी मालक पिंड दा और मरता है खोसे कोटले पिंड दा पॉइंट जिहड़ा इस समय जाफिया दे हिस्से जुड़दा होया है चल भी नौजवान पा भी कबड्डी इधरले बने नौजवान चंगी गोर सिया मखण देखते भी गभरू कबड्डी पा रहा है कि विरला जाफी रखे दा मेनू यारो डकण दा शेर जिहड़ा दिल चंगी गोर सिया मखण दा शेर जिहड़ा दिल चंगी गोर सिया मखण दा लो इधरले पासे पाई कबड्डी और देख रहे भी आत्मा डारे पिंड दा लो कहते भी मनप्रीत दा पिंड है प्रसिद्ध है जोड़ी खेड मैदानां दे विच इधरले बने पॉइंट जिहड़ा नौजवान धावी का है चार भी जवाना पा भी कबड्डी इधर लिपने कबड्डी पैंदी है वेखदे जी अज मुबारकबाद है कबड्डी के टूरनामेंट की समुचे कालसर यूथ कप नूं मलकबा हिंदा दुनिया के सुपर याफिया विच ना आए पर दूसरे पासे देखदे भी नौजवान बूटा दाऊदपुर पिंडवा इस समय पॉइंट जिहड़ा याफिया के हिस्से जुड़दा होया लंडा वाला लखा अंतरराष्ट्रीय कबड्डी खिलाड़ी ਪਿੰਡਾਂ ਦੀ ਧਰਤੀ ਤੇ ਬਹੁਤ ਸ਼ਾਨਦਾਰ ਖੇਡ ਦਾ ਮਿਆਰਾ ਕੀਤਾ ਬੱਬੀ ਕਲੇਰ ਜੀ ਇਹਨਾਂ ਦਾ ਗੂੜੀਆਂ ਰਿਸ਼ਤੇਦਾਰੀਆਂ ਗੂੜਾ ਪਿਆਰ ਹੈ ਲੱਖਾ ਇੱਧਰ ਜੀ ਕਰੋ ਇੱਕ ਮਿੰਟ ਕੋਈ ਨਹੀਂ ਫੋਟੋ ਕਰ ਲੈਣ ਤੁਹਾਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਲੱਖਾ ਲੰਡਿਆ ਵਾਲਾ ਕੈਨੇਡਾ ਦੀ ਧਰਤੀ ਤੇ ਬਹੁਤ ਤਗੜਾ ਮਿਆਰਾ ਕੀਤਾ ਇਸ ਮੁੰਡੇ ਦੇ ਬਹੁਤ ਵਧੀਆ ਖਿਡਾਰੀ ਸਾਡਾ ਵੀ ਅੰਤਰਰਾਸ਼ਟਰੀ ਕਬੱਡੀ ਖੇਡ ਲੱਖਾ ਇਹਦਾ ਵਿਸ਼ੇਸ਼ ਸਨਮਾਨ ਧੰਨਵਾਦ ਜੀ ਇੱਧਰ ਦੋ ਜੀ ਪਾਣੀ ਹਾਂ ਸਾਡੇ ਵੀਰ ਪੱਪੀ ਨਾਲ ਪਾਣੀ ਪਿਆਈ ਚਲੋ ਮੇਰੇ ਵੀਰ इधर ने बड़े पॉइंट जिहड़ा रेडर के हिस्से जुड़ता हुआ है देखते भी जगी गोर सिया मखण पिंड का गभरू इस समय अगली कबड्डी पाउण दे लई खेड मैदान दे विच वग चुके है उधर राणा क्लब दौदर की टीम ने कहते भी चार जाफी है संधूरा है नाल वरिंदर है आत्मा ते मन है इस समय पैंदी कबड्डी देखते जगी दी है कौन गभरू जफा लावेगा इधर ने बड़े पाई हुई रेड है देख रहे भी सामने पैंदी हुई कबड्डी है और माणा दौदर पिंड का कोशिश करता है पॉइंट इस समय जगी अपनी टीम के हिस्से दे विच जुड़दा होया है चल भी जवाना पा भी कबड्डी इधरले बने फेर कबड्डी पैंदी है इस समय नौजवान गभरू कबड्डी पा रहा है कि खेडन खेड कबड्डी गभरू छीनिया मावां दे किसे बन के बेअंत बराड़ा हुण सगे भरावां दे ते वक्खरी जिही लग गई है हुण लाट कबड्डी नूं हुण ना रह गई किसे गल की घाट कबड्डी नूं हुण ना रह गई किसे गल की घाट कबड्डी नूं चल भी नौजवान पा भी कबड्डी बिंदर इस समय गभरू खेड मैदान वाड़ के कबड्डी पाता है पर देखते भी एक पासे बिंदर है दूसरे पासे दौदर वाला वरिंदर है एम स्पोर्ट की टीम ने खेडिया पर इस समय वेखते हैं भी पॉइंट जरा धावी के हिस्से जुड़ता हुआ मंगी कलेर जी हिंदे मलक दे लई एक सौ रुपए के मार प्यार भेजते हैं इधर मंगी कलेर जी हिंदे मलक दे लई लो इस समय बूटे की कबड्डी है देखते हैं भी सामने नौजवान जाफी इस समय मलक वाला पॉइंट जिहड़ा नौजवान धावी के हिस्से जुड़ता हुआ चल भी जगी पा भी नौजवान है कबड्डी इस समय गोर सिया मखण पिंड का गभरू कबड्डी पाता हुआ देखते हैं भी पुजे अज देखो यारो सुपरस्टार भी किनू मिलू जिंद ते किनू यारो हार भी ते गजन वाले दा दिलबाग बोलदा बोल कबड्डी दे फिर दुनिया दे विच वज गए योधिया ढोल कबड्डी दे फिर दुनिया दे विच वज गए मित्रों ढोल कबड्डी दे पॉइंट जग्गी मैच समापा मैच जिहड़ा समाप्त हो गया है चलते हुए मैच का जिहड़ा लेखा जोखा है दौदर राणा क्लब के साढ़े सत ते मलक दे 11 पॉइंट है सत्तर किलो भार के दोनों टीम ग्राउंड में आ जा और कुलदीप शर्मा जी अगली गल माइक के उपर
जग्गी ते हिंदा अपना सम्मान जन प्राप्त कर लैन मेरे वीर स्टेज उपरों जग्गी ते हिंदा हिंदे हो जाओ मेरे वीर स्टेज वाले पास जग्गी गोर सिंह मखण माला तेंदगढ़ माला तेंदगढ़ कलकला तेंदगढ़ कलकला ते मालकला जी ठीक है माला तेंदगढ़ ते दूसरा मैच कलकला ते मालकला इधर वृंदर ते वृंदर दौदर दोनों कबड्डी खिलाड़ियों ने जरा विशेष तौर पर मान सम्मान किया जाना है कुलदीप शर्मा जी आओ जी माला वर्सेस इंदगढ़ दोनों टीमें ग्राउंड के पहुंच जल्दी माला इंदगढ़ यह दोनों टीमों को बेनती है भी जल्दी ग्राउंड के पहुंच माला इंदगढ़ सम्मान लो हाँ जी हाँ जी हिंदा मलका अंतरराष्ट्रीय कबड्डी खिलाड़ी नाल ही साडा वरिंदर दौदर विशेष सम्मान तो जा रहा है आओ जी हाँ इतने आज आज तुम गल साहब नंबर आओ दो नंबर आ सत्तवीर अच्छी बस खड़ जाओ इतने इतने ही खड़ जाओ हाँ स्टेज से चल स्टेज से जाओ जी चलो भीर वरिंदर जाई जाओ स्टेज पर जाई कोई नहीं कोई कर देने बिंदर ने कहना अपनी यारी तैयारी फल जा रही है हाँ कोई गल नहीं मेरा वीर हिंदा मलका और जिन्हें कनेडा से इंग्लैंड की धरती से बड़े तकड़े खेड के मजाज दिखाए ने अज अपने खेड के मैदान पहुंचा जिन्हें भी अंतरराष्ट्रीय खिलाड़ी पहुंचे ने सारे का सम्मान वरिंदर दौदर हैलो बड़े बड़े मान हुए बुलट मोटरसाइकिल जितने गड्डिया का मान हुआ साढ़े वीर वरिंदर दौदर का बलैरो गड्डी देकर बड़ा मान पा गया इस खिलाड़ी अज भी इस टूरनामेंट पहुंचे जी है वरिंदर दौदर अंतरराष्ट्रीय कबड्डी खिलाड़ी माला ते इंदगढ़ दी ड्रीमां नूं बेनती भाई जल्दी ग्राउंड दे विच पहुंचना रविंदर जी ते बाबा शिंदर सिंह जी हरदासे वाले जो जल्दी सेवा कर रहे हैं दर्शकों नाल दो गल्लां सांझियां करना चाहते ने वाहेगुरु वाहेगुरु हाँ जी एक मिनट जी और नाल ही बिंदर दौदर वाला वाहेगुरु एक मिनट जी बिंदर दौदर या मुंडे सम्मान करना जी इत्थे इक फोटो लो कोई गल कितने फोटो जी सूद जी बिंदर दौदर साडा वीर वाहेगुरु 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 जी का खालसा वाहेगुरु जी की फतेह दास नूं संगतां वल्लों हुक्म होया सी बाबा जी एक शेर जरूर सुनाओ असीं उन्हां शहीदां दे नां ते एक शेर बोलन लगे आ बाजां वाले गुरु जी दी मैं करां सिफत कड़ी कीती कुरबानी बेमिसाल बाजां वाले ने बुझे हुए चेहरियां ते रौनक परते आई लहू विच लियांदा सी पछाल बाजा वाले ने बन के बरूद कंधा ढा गया गुलामी दियां पंथ ऐसा साजिया कमाल बाजा वाले ने आखदा चरण ऐदू होर कुरबानी कड़ी देश उत्ते वारे चारे लाल बाजा वाले ने देश उत्ते वारे चारे लाल बाजा वाले ने वाहेगुरु जी का खालसा वाहेगुरु जी की फतेह बहुत धन्यवाद जी बाबा जी माला ते इंदगढ़ दियां टीमां चल दरबार जी जल्दी ग्राउंड दे विच पहुंचना माला ते इंदगढ़ कबड्डी ओपन ये दोनों टीमों बेनती भी जल्दी ग्राउंड दे विच पहुंच जाना चलो बाघ बराड जी जो कबड्डी के प्रसिद्ध बुलाड़े ने इस नूं भी परमात्मा की होगी कृपा जी रणिया जी ऐतकी वारे कनेडा की धरती से भी मुंडा कमेंट्री कर जा रहा है दलबाग बराड़ साडा वीर अशीत पग सिंह कबड्डी क्लब एडमिंटन वालों माला इंदगढ़ हाँ जी अलबल्टा कबड्डी फेडरेशन वालों रणिया जी ऐतकी वारे दलबाग बराड़ भी जिहड़े कमेंट्री के बोल कनेडा च बोलेगा विशेष सम्मान दिता जा रहा है इत्थे रख रहा कोई गल नहीं मैं बाद में कर मंगी कलेर जी ए बाबा शिंदर सिंह जी के लिए 50 रुपए भेजते हैं बाबा शिंदर सिंह जी हरदासे वाले जल्दी सेवा करते हैं एक मिनट शर्मा जी कबड्डी के प्रसिद्ध बुलारे साडा वी दरबार बार जाए ना विशेष सम्मान तक गए आओ जी कुलदीप शर्मा जी आओ जी चलो ठीक है हेलो और इधर लंघे निर्मल का जरा विशेष तौर पर मान सम्मान किया जा रहा है
शर्मा जी तुसी अपना जिहड़ा मान सम्मान प्राप्त करो जी, दूजी कार्रवाई आप जारी रखांगे बाद दे विच। कुलदीप शर्मा जी तुसी अपनी, कुलदीप शर्मा जी आ जाओ जी उधर। बहुत बहुत धन्यवाद पूरी प्रबंधक कमेटी का। जो एक मिनट जी, पहले मैं दो गल करनी है, फिर मान सम्मान लेना। मैं इन्ना भी अमीर नहीं कि ऐश कर लवा, पर मैं इन्ना भी गरीब नहीं कि भुखा ही मर जावा, पर मैं इन्ना भी तकड़ा नहीं कि किसे ना लड़ सका, पर मैं इन्ना भी माड़ा नहीं कि किसे दी जर सका, पर मैं मेरी कोशिश यही रहूगी कि आए साल कुछ चंगा कर सका। इन्हां शब्दों नाल पूरी प्रबंधक कमेटी का बहुत बहुत धन्यवाद जिन्होंने निमाणे नूं मान बख्शे। उधर कुलदीप शर्मा जी उन्हों का जो विशेष तौर पर मान सम्मान किया जा रहा है, बहुत बहुत धन्यवाद है। कल तो लैके अपनिया सेवावां माला ते अंधगढ़ दोनों टीमां जल्दी ग्राउंड च पहुंचण। माला ते अंधगढ़ माला वर्ष जंधगढ़ दीआं टीमां नूं बेनती भी जल्दी ग्राउंड च पहुंचण। माला ते अंधगढ़ कबड्डी ओपन टीमां नूं बेनती भाई जल्दी ग्राउंड दे विच पहुंचण। माला वर्ष अंधगढ़ सिर्फ एक मिनट है दोनों टीमां नूं, पहला सैमीफाइनल मैच माला वर्ष अंधगढ़। हाँ जी ओना जरा आप ठीक है फड़ा जी अलमरिया बूटा माला वर्ष जिंदगढ़ दी टीमां नूं बेनती है भाई साडे दर्शक पूरे उतावले ने तुहाडे मैच देखण नूं, सो कृपा करके जल्दी ग्राउंड दे विच पहुंचो। माला ते अंधगढ़ मक्खण बराड़ दी लिखियां होईयां चार लाइनां थोड़े नाल साझियां करदे आ। कहिंदे भी विसाखी है सारिआं दे, शाम नूं पैग पुग तां आम ही लग जांदे, हुण तां नैत्ती विसाखी दिवाली आ। आ मुंडा जी इही कमेंटेटर जी बूटा अलमलिया इहदा विशेष सन्मान टूरनामेंट कमेटी वल्लों बहुत सोहना कबड्डी दे बोल बोलदा धन्नवाद जी बूटा अलमलिया। चलो कम निबड़े ठीक है जी। मक्खण बराड़ दीआं लिखियां होईआं नवें चार लाइनां साझिया कर रहे हैं दर्शकों नाल। माला ते अंधगढ़ दीआं टीमां नूं बेनती भई जल्दी ग्राउंड विच आ जाण। माला ते अंधगढ़ पहला छेती वाला शेर भई छेती छेती जिवें ऐसे भी कह दिंदे आ, पर हुण नेरा हुंदा समय दे नाल चलना पैंदा। कहिंदा ना कर छेती 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 तैनूं खा जूगी, तेरी कीती छेती तेरे मूहरे आ जूगी। बसा विच भी छेती छेती कारां वालिआं नूं, ब्याह विच भी छेती छेती बिमारां वालिआं नूं। हर जा पिछे हरदम करदा रहिंदा है, इक दिन दिणदा तूं मरना नित क्यों मरदा रहिंदा है। किहड़ी शै तूं लभदा जिहड़ी तोड़ चढ़ा जूगी, ना कर छेती 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 तैनूं खा जूगी। छेती छेती गभरू हो जाओ, मां वी कहिंदी पुत्तां नूं, फेर खड़ावा पोते सुख दी फिरदी सुखा नूं। तेरा विआह भी देखो, एक पोते नूं गोदी च लई बई बैठी आ, कहिंदी तेरा विआह भी देखो, गल्लां करदी पोते नाल पर उमर बीतदी जांदी माता भोली सोचे ना। कहिंदे उस वेले भी छेती जद बंदा मरिया हुंदा है, कहिंदे छेती छेती चक लो हुण कवेला हुंदा है। एक कहिंदा भी वड्डी कुड़ी नहीं आई उहनूं किवें भुला देंगे, दूजा कहिंदा सिव्यां विच ही आ जाऊ उत्थे मूंह दिखा देंगे। हर जांदे दे मूंह मक्खण बराड़ा घिओ भी ला दूगी, ना कर छेती 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 तैनूं खा जूगी। पर हुण समां बहुत हो चुक्या, असीं मजबूर हां छेती कहिण वास्ते क्योंकि सत्त बज चुके आ, तकरीबन तीन मैच बाकी ने, हजे दो ओपन दे सैमीफाइनल, चार मैच बन जाने ने, दो सैमीफाइनल एक फाइनल एक 70 किलो दा फाइनल, चार मुकाबले हजे बाकी ने। सो दर्शक वीर एक मिनट जी, धालीवाल टेंट हाउस गोरा डॉक्टर जी वह भी सम्मान च लैन जी आके, धालीवाल टेंट हाउस डॉक्टर गोरा लंडे ते नाल ही साउंड वाले गब्बर साउंड सरसा इन्हों का विशेष सम्मान बहुत सोहनी जी आवाज दी है, इन्होंने विशेष सम्मान बजाए। और मेरा भी टेंट वाला भी सम्मान च लै लो जी, डॉक्टर गोरा जी लंडिया वाले जिथे मेरी आवाज सुनते हैं सम्मान च लैन आके जी। अंधगढ़ की टीम ग्राउंड के पुज गई है, माले नूं बेनती भी जल्दी ग्राउंड च आ जाए। माला कल ते मलक वरिंदर यह है जी अंधगढ़ ते माला कला। हाँ जी दोनों टीमों बेनती है भी जल्दी ग्राउंड चाहना।
ਮਾਲੇ ਦੀ ਟੀਮ ਨੂੰ ਸਿਰਫ ਇੱਕ ਮਿੰਟ ਬਾਕੀ ਹੈ। ਸਰਦਾਰ ਮੰਗੀ ਸਿੰਘ ਜੀ ਬਾਈ ਕਲੇਰ ਸਾਹਿਬ ਸਾਡੇ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਣ ਭੇਜਦੇ ਨੇ, ਸੋ ਬਹੁਤ ਬਹੁਤ ਧੰਨਵਾਦ। ਹਾਂਜੀ ਮੰਗੀ ਕਲੇਰ ਜੀ, ਮੇਰੀ ਬੇਨਤੀ ਹੈ ਧਾਲੀਵਾਲ ਡੈਂਟ ਹਾਊਸ ਗੋਰਾ ਡਾਕਟਰ ਜੀ, ਚਾਹੇ ਗੋਰਾ ਸਾਡਾ ਕੀਪਾ ਜੀ ਕੋਈ ਆ ਜੇ ਇਹਨਾਂ ਦਾ ਪ੍ਰਬੰਧਕ ਵੀਰ, ਦੋਨੋਂ ਹੀ ਟੀਮਾਂ ਨੂੰ ਬੇਨਤੀ ਵੀ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ ਦੋਨੇ ਹੀ ਟੀਮਾਂ। ਬਾਈ ਮਾਲਨੇ ਵਾਲਿਓ ਆ ਜਾਓ ਵੀਰੋ, ਕਿਉਂ ਇਹਨਾਂ ਟਾਈਮ ਵੱਲ ਆਈ ਜਾਂਦੇ ਆ। ਸਾਡੇ ਅੱਜ ਦੇ ਚੀਫ ਗੇਟ ਗੈਸਟ ਸਰਦਾਰ ਪਰਮਦੀਪ ਸਿੰਘ ਜੀ ਗਿੱਲ ਸਾਹਿਬ, ਉਹਨਾਂ ਤੋਂ ਅਸੀਂ ਇਨਾਮ ਮਾਨ ਦਾ ਜੋ ਵੰਡ ਕਰਵਾਉਣੀ ਹੈ, ਸੋ ਆਪਣੇ ਰਜੇਵਿਆਂ ਦੀ ਜ਼ਿੰਦਗੀ ਚੋਂ ਇੱਥੇ ਬੈਠੇ ਨੇ, ਸੋ ਕਿਰਪਾ ਕਰਕੇ ਜਲਦੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚਣ। ਗੋਰਾ ਡਾਕਟਰ ਟੈਂਟ ਵਾਲਾ ਸਨਮਾਨ ਚ ਲੈਣ ਜੀ, ਧਾਲੀਵਾਲ ਟੈਂਟ ਹਾਊਸ ਲੈਂਡੇ। ਮਾਲੇ ਦੀ ਟੀਮ ਨੂੰ ਲਾਸਟ ਸੱਦਾ, ਮਾਲੇ ਦੀ ਟੀਮ ਨੂੰ ਲਾਸਟ ਸੱਦਾ ਸਾਡਾ ਲੋ। ਪੰਜਾਬ ਲਾਈਵਾਨ ਵਾਲੇ ਗਗਨ ਜੀ ਤੁਸੀਂ ਹੋ ਜੀ ਅੱਗੇ ਨੇੜੇ, ਹੈਪੀ ਮਾਰੋ, ਹੈਪੀ ਆ ਗਿਆ ਜੀ, ਸਨਮਾਨ ਚ ਲਓ ਜੀ। ਕੋਈ ਨੀ ਇੱਕ ਮਿੰਟ, ਸਾਰਿਆਂ ਨੂੰ ਕਰਾਂਗੇ ਸਨਮਾਨ, ਬੇਫਿਕਰ ਹੈ। ਹੈਪੀ ਕਿੱਥੇ, ਪੰਜਾਬ ਲਾਈਵ ਵਨ, ਬਹੁਤ ਵੱਡੀ ਦੇਣ ਆ ਸਾਡੇ ਇਹਨਾਂ ਵੀਰਾਂ ਦੀ ਵੀ, ਜੋ ਸਾਡੇ ਪ੍ਰਵਾਸੀ ਵੀਰ ਕਬੱਡੀ ਦਿਖ ਰਹੇ ਨੇ। ਆ ਜਾਓ ਸਟੇਜ ਤੇ, ਕੰਮ ਨਾ ਜਾਣ ਵੀਡੋ ਜੀ, ਫਾਈਨਲ ਮੈਚ ਦੇ ਵਿੱਚ ਆਪਾਂ ਇਕੱਲਾ ਸਿਰਫ ਨਾਮ ਇਕੱਲਾ ਰੱਖਣਾ ਮੁੜ ਕੇ, ਹੁਣ ਆਪਣੇ ਕੋਲ ਸਮਾਂ ਹੈ। ਸ਼ਰਮਾ ਜੀ ਟੀਮਾਂ ਨੂੰ ਆਵਾਜ਼ ਮਾਰ ਯਾਰ ਜਲਦੀ, ਬਾਈ ਦਲਜੀਤ ਮਾਲੇ ਵਾਲੇ ਨੂੰ ਬੇਨਤੀ ਆ ਬਈ ਜਲਦੀ ਆਓ ਯਾਰ, ਬਹੁਤ ਟਾਈਮ ਲਾਦਾ। ਮੋਗੇ ਦੀ ਜਿਹੜੀ ਓਪਨ ਟੀਮ ਆ, ਆਪਾਂ ਬੇਨਤੀ ਕਰਦੇ ਸਾਰੇ ਖਿਡਾਰੀ ਵੀ ਇੱਥੇ ਆ ਜਾਣ, ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ ਕਬੱਡੀ ਓਪਨ ਦੇ, ਜਿੰਨੇ ਵੀ ਖਿਡਾਰੀ ਕਾਲਸਰ ਮੋਗਾ ਦੀ ਟੀਮ ਦੇ ਖਿਡਾਰੀ ਪਹੁੰਚ ਜਾਣ। ਆਓ ਬਈ ਮਾਲਾ ਤੇ ਇੰਦਗੜ, ਇੰਦਗੜ ਦੀ ਟੀਮ ਪੂਰੀ ਤਿਆਰ ਹੈ, ਸੋ ਮਾਲੇ ਵਾਲਿਆਂ ਦਾ ਇੰਤਜ਼ਾਰ ਹੈ। ਲਓ ਬਈ ਮਾਲੇ ਦੀ ਟੀਮ ਵੀ ਪੁੱਜ ਗਈ ਹੈ, ਇਹਦੇ ਨਾਲ ਹੀ ਮਲਕ ਤੇ ਕੱਲ, ਇਹ ਦੋਨੇ ਵੀ ਟੀਮਾਂ ਤਿਆਰ ਹੋ ਜਾਣ, ਮਲਕ ਤੇ ਕੱਲ। ਕੀਮਤੀ ਸਮਾਂ ਹਰੇਕ ਕੋਲ, ਬੇਨਤੀ ਵੀ ਸਮੇਂ ਸਿਰ ਪਹੁੰਚਿਆ ਕਰੋ, ਸਮੇਂ ਨੂੰ ਧਿਆਨ ਚ ਰੱਖੋ। ਮੇਰੇ ਵੀਰ ਪਹਿਲਾਂ ਵੀ ਅਸੀਂ ਬੋਲਦੇ ਰਹੇ ਨੇ ਸਾਰੇ ਕਮੈਂਟਰਾਂ ਵੀ ਕਬੱਡੀ ਦਾ ਮੁੱਲ ਪਾਇਆ ਇਹਨਾਂ ਦਰਸ਼ਕ ਵੀਰਾਂ ਨੇ, ਇਹਨਾਂ ਦੀਆਂ ਭਾਵਨਾ ਨੂੰ ਸਮਝੋ ਸਾਰਿਆਂ ਨੇ, ਕੋਈ ਕਿੰਨੀ 10 ਕਿਲੋਮੀਟਰ ਤੋਂ ਆਇਆ, ਕੋਈ 20 ਤੋਂ ਆਇਆ, ਕੋਈ 40 ਤੋਂ ਆਇਆ, ਕੋਈ 50 ਕਿਲੋਮੀਟਰ ਤੋਂ ਚੱਲ ਕੇ ਆਏ, ਸਾਰਿਆਂ ਨੇ ਥਾਂ ਉੱਤੇ ਹੀ ਪਹੁੰਚਣਾ ਹੈ। ਖਿਡਾਰੀ ਵੀ ਜਲਦੀ ਪਹੁੰਚੋ ਗਰਾਊਂਡ ਵਿੱਚ, ਇਹ ਕਬੱਡੀ ਦਾ ਜਨੂੰਨ ਹੈ ਦਰਸ਼ਕਾਂ ਦੇ ਸਿਰ, ਕਹਿੰਦੇ ਕੰਮ ਕਾਰ ਛੱਡ ਮੈਚ ਦੇਖਣ ਆਉਂਦੇ ਨੇ, ਤੁਹਾਡਾ ਮੈਚ ਦੇਖਣ ਆਇਆ, ਕੰਮ ਕਾਰ ਛੱਡ ਮੈਚ ਦੇਖਣ ਆਉਂਦੇ ਨੇ, ਪਲੇਅਰਾਂ ਦੇ ਉਤਸ਼ਾਹ ਲਈ ਤਾੜੀਆਂ ਵਜਾਉਂਦੇ ਨੇ, ਦੇਖਦੇ ਨੇ ਮੈਚ ਬੈਠ ਖੜ ਕੇ, ਤੇ ਬੋਲਦਾ ਕਬੱਡੀ ਦਾ ਜਨੂੰਨ ਪੰਜਾਬੀਆਂ ਦੇ ਸਿਰ ਚੜ ਕੇ। ਲਓ ਵੀ ਮਾਲਾ ਕਲਾਂ ਦੀ ਟੀਮ ਆ ਗਈ ਹੈ, ਆਓ ਵੀ ਦੋਨੇ ਵੀਰ ਜਲਦੀ ਕਰੋ ਬਾਈ, ਸੈਮੀ ਫਾਈਨਲ ਮੈਚ ਕਹਿੰਦੇ ਲੱਗ ਗਏ ਸੀ ਲੈਣਾ ਉੱਤੇ ਕਲੀ ਪਾਉਣ ਲਈ, ਸੈਮੀ ਫਾਈਨਲ ਮੈਚ ਦਾ ਪੂਰਾ ਖਾਤਮਾ ਕਰਾਉਣ ਲਈ। ਇੱਕ ਮਿੰਟ ਜੀ, ਇੱਧਰੋਂ ਧਾਲੀਵਾਲ ਟੈਂਟ ਹਾਊਸ ਲੈਂਡੇ, ਜਿਹਨਾਂ ਨੇ ਬਹੁਤ ਵਧੀਆ ਸਟੇਜ ਨੂੰ ਸਜਾਇਆ, ਹਰ ਖੁਸ਼ੀ ਦੇ ਮੌਕੇ ਤੇ ਡਾਕਟਰ ਗੋਰਾ ਜੀ ਵਿਸ਼ੇਸ਼ ਸਨਮਾਨ ਦੇ ਰਹੇ ਨੇ, ਬਹੁਤ ਧੰਨਵਾਦ ਜੀ। ਕਲੀ ਸੇਵਾ ਕਿਹਨੇ ਵੀ ਮਾਨ ਸਨਮਾਨ ਕਰਨਾ ਜੀ, ਠੀਕ ਆ ਜੀ, ਸੇਵਾਦਾਰ ਜੀ ਆਪਣਾ, ਬਹੁਤ ਵੱਡੀ ਸੇਵਾ ਸਾਂਭੀ ਸਾਰੇ ਵੀਰਾਂ ਦਾ, ਬਹੁਤ ਧੰਨਵਾਦ। ਕੱਤਰ ਕਲੀ ਵਾਲਾ ਜੀ, ਪੰਜਾਬ ਲਾਈਵ ਵਨ ਵਾਲੇ ਇਹ ਬਾਈ ਇੰਦਰਜੀਤ ਜੀ ਨੂੰ, ਬੱਬੀ ਕਲੇਰ ਜੀ ਇਹਨਾਂ ਲੋਕ ਟਰਾਫੀ, ਹਾਂ ਪੰਜਾਬ ਲਾਈਵ ਵਨ ਜਿਹਨਾਂ ਨੇ ਸਾਰੀ ਦੁਨੀਆ ਵਿੱਚ ਅੱਜ ਦਾ ਇਹ ਖੇਡ ਮੇਲਾ ਵਿਖਾਇਆ ਜੀ, ਆ ਗਏ ਜੀ। ਇਹ ਮੁੰਡਾ ਕਬੱਡੀ ਖਿਡਾਰੀ ਆਪਣੇ ਮੋਗੇ ਸ਼ਹਿਰ ਵਾਲਾ ਜੀ, ਬਹੁਤ ਵਧੀਆ ਖਿਡਾਰੀ ਹੈ, ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਜੀ, ਮਾਨ ਸਨਮਾਨ ਕਰ ਰਹੇ ਨੇ ਸਾਡੇ ਦਵਿੰਦਰ ਸਿੰਘ ਜੀ ਰਣੀਆ, ਜਨਰਲ ਸਕੱਤਰ
नॉर्थ वे अमरीका जिथे कहते भी पंजाब के सियासत की गल उ बहरले मुल्कों भी झंडे गड्ढे आप जाके जी बल्ले बल्ले वाली गल आ जी एक बार जी इधरों करना कबड्डी के खिलाड़ियों के सम्मान हो रहे आओ जी पंजाब लाइवान जिन्होंने नैट चलाया जी जिन्होंने आपको कनेडा अमरीका सारे घुमाता जी ये मुंडे इंद्रजीत सिंह जी साढ़े जीत जी और गगन होना ने हैप्पी होना की बड़ी कार्ड है गगन हैप्पी साढ़ा भी इंद्रजीत बहुत बड़ी देना बहुत धन्यवाद जी ठीक है जी उधरों रहना से कम बाज मारती मैं तारका शर्मा हाँ भाई टाइम दस ओवर कि कबड्डिया देिए छेती करो निमे बना लो टाइम तुम आपके हिसाब ना यार तुम किन्ने पॉइंटा से हार जित करनी है बना के मैच शुरू कराओ ਸਾਡੇ 12 ਤੇ 13 ਦਰਸ਼ਕ ਵੀਰੋ ਤਾੜੀਆਂ ਮਾਰ ਦਿਓ ਸਾਨਾਂ ਦੇ ਪੇੜ ਦਿਖਾ ਦਿੰਨੇ ਆ ਹੈ ਹਾਂ ਸਾਡੇ 12 ਤੇ ਦੂਜੇ ਪਾਸੇ ਵੀਰੇ 13 ਚਾਹੀਦੇ ਹੁੰਦੇ ਆ ਨਾ ਨਹੀਂ ਨਹੀਂ 13 ਹੀ ਕਿਹਾ ਸੀਗਾ लो भी पहली कबड्डी कहते इंद करती है दर्शक भीरो सेमीफाइनल मुकाबला शुरू हो जा रहा है वीर जो भाई बन के कृपा करके बह जाओ प्लेयर देख लो खिडारी भीरो दर्शक सुबह तो बैठे है साइड से हो जाओ माड़ा जा इंदगढ़ के पहले हिस्से कबड्डी आई है लग गए सी लैणा उत्ते कली पाउण लई सेमीफाइनल मैच का पूरा डटमा कराउण लई वलंटियर वीर भी सारे आपो अपने कामों उत्ते रहण लग पए आ चोटी दे प्लेयर आ गए बिच खाड़े दे पटाके पैण लग पए लो पटाके हुणे दिखा देणे आ लो भी पहली कबड्डी निंदू इंदगढ़ वालों पहली कबड्डी सामने चार जाफी ने माले पिंड कहिंदे झरना तले क्या वाला छमा देखदे आ की बनदा पंजाब दी दुद्ध मखणे नाल पली हुई जवानी कहिंदे पंजाबी विरसा खेडां वाला खेड कबड्डी न्यारी सत समुंदरों पारे पहुंची ते वेखे दुनिया सारी जुस्से फलाद वर्गे बनाए ने गभरुआं ने ते करदे मेहनत भारी नशियां नूं छड्ड मुंडियां तों भी कर खेडण दी तैयारी बाहर दो तारियां भी दर्शक वीरो भी झरना तले नारा कबड्डी कबड्डी करदा कोई लाल कच्छा पाके ते कोई काला कच्छा पाके है कबड्डी खेडदा लखां दे विच मुल पैंदा कल्ली कल्ली रेड़दा जितदा उही है जिहदी मजबूत हड्डी है खेडणी कबड्डी जारो खेडणी कबड्डी आ भाई कई हुण खेडदे ते कईआं खेड छड्डी आ बगीचा कोशिश करदा पर पॉइंट जिहड़ा रेडर दे खाते दे विच घगना बड्डूवाल वाला नौजवान अगली कबड्डी लई वाधा होया मत्था टेकिआ मुंडे ने हथ जोड़े ते लगा रब नूं ध्यान लोको मारो ताड़ियां शेर नूं देवो हौसला ते तावी चलिआ कबड्डियां पाउण लोको लो वी घगना नौजवान करदा है रेड सामने चार जाफी ने एक दो तीन असी चार हापरा ते जिहड़ा चंगा लगे हथ उसे नूं तुला ते लफड़ ठोक जां लफड़ खा बलजीत सिंह माले वाला नौजवान अगली कबड्डी दे लई फिर बलजीत सिंह माले वाला देश मेरे दे गभरू सोहणे उच्चे लम्मे प्यारे दुद्ध मलाइया खा खा जिन्ना जिससे खूब शिंगारे बिच ग्राउंड दे आओ चमकड़ जो अंबरी चमकड़ तारे रेडा पा मुंडिया तेनू वेखण लोकी सारे रेडा पा मुंडिया लाओ इधरों दलजीत सिंह दी कबड्डी है सामने अमरू बगीचा कहिंदे जाफी कह रहे जे शरीरां दे करदे ने वार जाफियां उत्ते रेडरां उत्ते तिखे वांग तीरां दे पॉइंट रेडर दे खाते दे विच घगना अगली कबड्डी फिर नौजवान पंजाबी विरसा खेडां वाला खेड कबड्डी न्यारी बई सत समुंदरों पार पहुंची ते वेखे दुनिया सारी जिससे फलाद वर्गे बनाए ने गभरुआ ने ते कर दे मेहनत भारी नशिया छड मुंडिया तू भी कर खेडण दी तैयारी नशिया नु छड मुंडिया भाई कल्ले कल्ले मुंडे ते जवानी पूरी है कल्ले कल्ले एक एक चुंगी पूरी है सरों जहे कद दौले ने फलाद जहे भी खेडण कबड्डी मुंडे गभरू पंजाब दे खेड दे कबड्डी मुंडे गभरू पंजाब दे फिड्डू ते परीता देवी दयाल वर्गे दुनिया ते वखरी मिसाल करके तारी पप्पी लखा फुल ने गुलाब दे खेडण कबड्डी मुंडे ਗੱਭਰੂ ਪੰਜਾਬ ਦੇ ਬਾਹਰ ਦੋ ਤਾਰੀਆਂ ਵੀ ਦੱਸੋ ਵਾਜੀ ਵਾਹ ਲਓ ਵੀ ਹੁਣ ਜੀ ਐਂਟਰੀ ਚੱਲੇਗੀ ਵਾਰੀ ਨਾ ਇਹ ਮੁੰਡਾ ਕੁਲਵੰਤ ਸਿੰਘ ਕਾਂਤਾ ਹੈ ਮਾਲੇ ਪਿੰਡ ਵਾਲਾ ਜੀ ਨੇ ਜੱਫਾ ਲਾਇਆ ਹਾਂ ਬਹੁਤ ਵਧੀਆ ਅਗਲੀ ਕਬੱਡੀ ਲੱਖਾਂ ਪਾਉਣ ਦੇ ਲਈ ਅੱਗੇ ਵੱਧ ਚੁੱਕਾ ਹੈ ਭਾਵੇਂ ਕੱਦ ਮੁੰਡੇ ਦਾ ਮਧਰਾ ਹੈ
ਇਹਦਾ ਨਿੱਕਾ ਜਿਹਾ ਕੱਦ ਮੁੰਡਾ ਕਰੀ ਜਾਂਦਾ ਹੱਦ ਔਰ ਦੇਖਦੇ ਵੀ ਹੱਥ ਲਾ ਕੇ ਜਾਂਦਾ ਪੱਜ ਇਹਦਾ ਨਿੱਕਾ ਜਿਹਾ ਕੱਦ ਮੁੰਡਾ ਕਰੀ ਜਾਂਦਾ ਹੱਦ ਧੂੜਾ ਉੱਡਦੀਆਂ ਇੱਕ ਅੰਨੀ ਤੇ ਦੁਨੀਆਂ ਦਾ ਸਟਾਰ ਜਾਫੀ ਅਬੂ ਜਨੇਤਪੁਰੀਆ ਬਗੀਚਾ ਇੰਦਪੁਰੀਆ ਵੇਖਦਾ ਵੀ ਕਹਿਰੇ ਜੇ ਸ਼ਰੀਰਾਂ ਤੇ ਔਰ ਤਾਵੀ ਉੱਤੇ ਕਰਦੇ ਨੇ ਵਾਰ ਯਾਰ ਤਿੱਖੇ ਤੀਰਾਂ ਦੇ ਲੱਖਾਂ ਅਬਰੂ ਬਗੀਚਾ ਬਗੀਚਾ ਤੇ ਲੱਖਾਂ ਪਰ ਅੰਤ ਲੱਖਾਂ ਮਾਲੇ ਵਾਲਾ ਕਮਾਲ ਕਰਦਾ ਮਾਰ ਮਾਰ ਧੱਕੇ ਗਿੱਚੀ ਲਾਲ ਕਰਦਾ ਮਾਲੇ ਵਾਲਾ ਲੱਖਾਂ ਵੀ ਕਮਾਲ ਕਰਦਾ ਆ ਵੀ ਇੰਦੂ ਨੌਜਵਾਨ ਕਰਦਾ ਹੈ ਰੇਡ ਇੱਧਰ ਸਾਹਮਣੇ ਇੰਦੂ ਦੀ ਪੈਂਦੀ ਹੋਈ ਕਬੱਡੀ ਸਾਹਮਣੇ ਨੌਜਵਾਨ ਦੀ ਦੇਖਦੇ ਆ ਬਈ ਚਾਰ ਜਾਫੀ ਨੇ ਪਿੰਡ ਮਾਲੇ ਦੇ ਕਿਹੜਾ ਨੌਜਵਾਨ ਦੀ ਢਾ ਕੇ ਹਿੱਕ ਤੇ ਬਹਿੰਦਾ ਉਧਰ ਨੌਜਵਾਨ ਕਾਂਤਾ ਕਹਿੰਦੇ ਸਾਵਣ ਦੇ ਵਿੱਚ ਹੋਣ ਮਸਤ ਗੱਭਰੂ ਮੁਟਿਆਰਾਂ ਤੇ ਮੂਰਤ ਨੇ ਕਾਲੀ ਰਾਤ ਵੇ ਕੇ ਹੋ ਜਾਂਦੇ ਨੇ ਮਸਤ ਚਾਮ ਚੜਕ ਉੱਲੂ ਤੇ ਚੋਰ ਚੰਨੇ ਚੰਨ ਚੜਿਆ ਚੜੀ ਜਵਾਨੀ ਕਦੇ ਨੀ ਛੁਪਦੇ ਹਿੱਕ ਦਾ ਜੋਤ ਨੇ ਪਲੇਅਰਾਂ ਨੂੰ ਬੇਨਤੀ ਹੈ ਵੀ ਜਿਹੜੇ ਪਲੇਅਰ ਆ ਰਹੇ ਨੇ ਕਿਰਪਾ ਕਰਕੇ ਇੱਕ ਸਾਈਡ ਤੇ ਬੇਨਤੀ ਹੈ ਹੱਥ ਬੰਨ ਕੇ ਵੀ ਇੱਕ ਸਾਈਡ ਤੇ ਹੋ ਕੇ ਬੈਠ ਜਾਓ ਮੁਕਾਬਲਾ ਬੜਾ ਸਖਤ ਹੈ ਲੈ ਵੇ ਕਰਖਾ ਬਗੇਲੇ ਵਾਲੇ ਦੀ ਗੱਲ ਅਗਲੀ ਕਬੱਲੀ ਵੇਖਦਾ ਵੀ ਨਾੜਾ ਬਗੇਲੇ ਵਾਲੇ ਪਿੰਡ ਦਾ ਮਿਸ਼ਰੀ ਵਰਗੇ ਬੋਲ ਬੋਲਦਾ ਇਹ ਸਾਡਾ ਵਿਰਕਾ ਹੈ ਕੁਲਦੀਪ ਸ਼ਰਮਾ ਦੀ ਕਮੈਂਟਰੀ ਵਾਲੇ ਮਿੱਠੜੇ ਕਹਿੰਦੇ ਬੋਲਦੇ ਬੋਲ ਕਬੱਡੀ ਦੇ ਔਰ ਵੇਖਦੇ ਵੀ ਆਲਮ ਵਾਲੀਏ ਬੂਟੇ ਨੇ ਵੀ ਵਜਾਤੇ ਯਾਰੋ ਢੋਲ ਕਬੱਡੀ ਦੇ ਔਰ ਬੇਅੰਤ ਬਰਾੜਾ ਕਰ ਸਜਦਾ ਤੂੰ ਸਮਰਾਟ ਕਬੱਡੀ ਨੂੰ ਹੁਣ ਨੀ ਰਹਿ ਗਈ ਕਿਸੇ ਗੱਲ ਦੀ ਯਾਰੋ ਘਾਟ ਕਬੱਡੀ ਨੂੰ ਹੁਣ ਨੀ ਰਹਿ ਗਈ ਕਿਸੇ ਗੱਲ ਦੀ ਘਾਟ ਕਬੱਡੀ ਨੂੰ ਅਗਰੇ ਕਿਧਰੇ ਬੁਲਟ ਤੇ ਕਦੇ ਸਵਾਰੀ ਨਾਲੇ ਘੁੰਮਦੇ ਦੁਨੀਆ ਸਾਰੀ ਕਿਉਂਕਿ ਕਿਤੇ ਮਾਨ ਸਨਮਾਨ ਆਉਂਦੇ ਨੇ ਬੁਲਟ ਤੇ ਕਦੇ ਸਵਾਰੀ ਨਾਲੇ ਘੁੰਮਦੇ ਦੁਨੀਆ ਸਾਰੀ ਜਿਨ੍ਹਾਂ ਨੇ ਕਦੇ ਦਿੱਲੀ ਜਾਣ ਬਾਰੇ ਨਹੀਂ ਸੋਚਿਆ ਸੀ ਉਹਨਾਂ ਦੇ ਕੈਨੇਡਾ ਵਿੱਚ ਲਵਾ ਦਿੱਤੇ ਟੂਰ ਤੋਂ ਵਾਹ ਨੀ ਕਬੱਡੀਏ ਕਈਆਂ ਘਰਾਂ ਦੀ ਕਰਦੀ ਗਰੀਬੀ ਦੂਰ ਤੋਂ ਵਾਹ ਨੀ ਕਬੱਡੀਏ ਲੋਕ ਢਕਣੇ ਦੀ ਪੈਂਦੀ ਹੋਈ ਕਬੱਡੀ ਦੇਖਦੇ ਆ ਕੀ ਬਣਦਾ ਉਦੋਂ ਸਾਹਮਣੇ ਕਾਂਤਾ ਕਿਹੜਾ ਨੌਜਵਾਨ ਆ ਇੱਕ ਤਾਂ ਹਨੇਰਾ ਹੋ ਗਿਆ ਸ਼ਮਾ ਬਾਈ ਜੀ ਸੌਰੀ ਜੀਣਾ ਰਹੀ ਥੋੜਾ ਸ਼ਮੇ ਨੇ ਜੱਫਾ ਲਾ ਕੇ ਚੱਲ ਬਈ ਗੱਭਰੂਆ ਲੈ ਨਿਮਿਆਂ ਦਲਜੀਤ ਦੀ ਕਰਖਾਂ ਗੱਲ ਅਗਲੀ ਅਗਲੀ ਗੱਲ ਕਰਖਾਂ ਦਲਜੀਤ ਬਾਰੇ ਲਓ ਮਾਲੇ ਦਾ ਬਲਜੀਤ ਸਿੰਘ ਗੱਭਰੂ ਜਿੱਥੇ ਸਿਆਸਤ ਦੀ ਦੁਨੀਆਂ ਦੇ ਵਿੱਚ ਸਰਦਾਰ ਕੀਰ ਸਿੰਘ ਜੀ ਮਾਲੇ ਦਾ ਬਹੁਤ ਵੱਡਾ ਨਾਂ ਹੈ ਉਸੇ ਨਗਰ ਦੇ ਗੱਭਰੂ ਬਲਜੀਤ ਸਿੰਘ ਦੀ ਕਬੱਡੀ ਪੈਂਦੀ ਹੈ ਦਰਸ਼ਕਾਂ ਦੇ ਪੁੱਤਰ ਦੀ ਗੁੰਦਿਆ ਸ਼ਰੀਰ ਦੇ ਦੀ ਸਿਫਤ ਕਰਾਂ ਲਾ ਕੇ ਹੱਥ ਜਾਫੀ ਨੂੰ ਫੜਾਉਂਦਾ ਨਹੀਂ ਉਹ ਬਾ ਗੁੰਦਿਆ ਸ਼ਰੀਰ ਦੇ ਦੀ ਸੱਚ ਬੰਦ ਕਸਮ ਹੈ ਇੱਥੋਂ ਸੱਚ ਬੰਦ ਕਰੋ ਲਓ ਸਾਹਮਣੇ ਬਲਜੀਤ ਮਾਲੇ ਪਿੰਡ ਵਾਲਾ ਇਸ ਵਕਤ ਮੁੜਕੋ ਮੁੜਕੀ ਹੋਇਆ ਗੱਭਰੂ ਕੈਨੇਡਾ ਦੇ ਵਿੱਚ ਖੇਡਿਆ ਹੈ ਬਹੁਤ ਤਕੜਾ ਪ੍ਰਦਰਸ਼ਨ ਕੀਤਾ ਹੈ ਔਰ ਦੁਨੀਆ ਦੇ ਟੌਪ ਟੌਪ ਦੇ ਖਿਡਾਰੀ ਪੁੱਜੇ ਨੇ ਅੱਜ ਇਸ ਖੇਡ ਦੇ ਮੈਦਾਨ ਵਿੱਚ ਅਕਾਲ ਸਿੰਘ ਯੂਥ ਕਲੱਬ ਦੇ ਸਾਰੇ ਨੁਮਾਇੰਦਿਆਂ ਨੂੰ ਮੁਬਾਰਕ ਬਾਬਾ ਜੀ ਅਗਲੀ ਕਬੱਡੀ ਇਸ ਵਕਤ ਐਂਡ ਕਰੀਆ ਗੱਭਰੂ ਔਰ ਗਿਆਨੀ ਸਿੱਖੀ ਵੀ ਸਾਂਭੀ ਤੇ ਕਬੱਡੀ ਵੀ ਸਾਂਭੀ ਹੈ ਕੇਸਾ ਧਾਰੀ ਮੁੰਡਾ ਯਾਰ ਉਹ ਬਬਲੀ ਚੜਿਕਦਾ ਕਹਿੰਦੇ ਤੇ ਕਹਾਉਂਦੇ ਧਾਰੀਆਂ ਨੇ ਰਹਾ ਵਿਕਦਾ ਕੇਸਾ ਤਾਰੀ ਮੁੰਡਾ ਯਾਰੂ ਬਬਲੀ ਚੜਿਕਦਾ ਔਰ ਪਾਸੇ ਹੋਈ ਆਪਾਂ ਜੱਗੀ ਵੀ ਅੰਦਰ ਬੈਠ ਲੋਂਗਾ ਸਾਰੇ ਬੈਠੇ ਆ ਲੱਖੇ ਬੈਠ ਜੀ ਬਣ ਕੇ ਲੈ ਵੀ ਅਗਲੀ ਕਬੱਡੀ ਲੱਖੇ ਦੀ ਕਹਿੰਦੇ ਮਾਣ ਆਪਣੇ ਤੇ ਹਰ ਕੋਈ ਕਰਦਾ ਹੈ ਮਾਣ ਆਪਣੇ ਤੇ ਹਰ ਕੋਈ ਕਰਦਾ ਹੈ ਜੋ ਵੀ ਆਉਂਦਾ ਇਸ ਜਹਾਨ ਦੇ ਅੰਦਰ ਪਰ ਹਿੱਕਾ ਚੌੜੀਆਂ ਕਰਕੇ ਤੁਰਨ ਵਾਲੇ ਪਰਖੇ ਜਾਂਦੇ ਨੇ ਖੇਡ ਮੈਦਾਨ ਦੇ ਅੰਦਰ ਲੱਖੇ ਦੀ ਪੈਂਦੀ ਹੋਈ ਕਬੱਡੀ ਮੱਛੀ ਮੋਟਰ ਜਿਹਦਾ ਨੌਜਵਾਨ ਦਾ ਕਾਦਾ ਤੇ ਸਾਹਮਣੇ ਦੋ ਹੱਥ ਦੇ ਟਾਵਰ ਵਰਗੇ ਖੜੇ ਨੇ ਮਾਰੋ ਤਾੜੀਆਂ ਬਈ ਕਹਿੰਦੇ ਕੌਡੀ ਪਾਤੀ ਕੈਂਚੀ ਲਾਤੀ ਤੇ ਜ਼ੋਰ ਵੀ ਲਾਤਾ ਸਾਰਾ ਜੱਫਾ ਭਰਿਆ ਗਿਆ ਗੱਭਰੂ ਨੂੰ ਤੇ ਪੈ ਗਿਆ ਜੀ ਚੰਗਿਆੜਾ ਦਰਸ਼ਕ ਹੋ ਗਏ ਪੱਬਾਂ ਤੇ ਮੈਦਾਨ ਗੂੰਜ ਗਿਆ ਸਾਰਾ ਮੇਰੇ ਪੰਜਾਬ ਦੀ ਕੌਡੀ ਦਾ ਅੱਜ ਵੇਖ ਦਲਦੀਪ ਨਜ਼ਾਰਾ ਮੇਰੇ ਦੇਸ਼ ਨਜ਼ਾਰਾ ਉਧਰੋਂ ਖਤਰੇ ਦਾ ਘੁੱਗੂ ਨਿਰਮਲ ਸਿਆ ਬੋਲ ਗਿਆ ਅਗਲੀ ਗੱਲ ਨਿਰਮਲ ਲੰਗਿਆਣੀ ਲਓ ਸਾਹਮਣੇ ਦੇਖਦੇ ਮੁੰਡਾ ਅਗਲੀ ਕਬੱਡੀ ਜੱਦੀ ਪਿੰਡ ਭਾਵੇਂ ਵੱਡੂ ਵਾਲ ਪਰ ਕੱਕਨੇ ਨਾਜ ਨਾਲ ਕਬੱਡੀ ਵਿੱਚ ਮਸ਼ਹੂਰ ਹੋ ਗਿਆ ਏ ਔਰ ਗੁੰਦਿਆ ਸਰੀਰ ਗੱਭਰੂ ਦਾ ਕਹਿੰਦੇ ਬੋਰੀਆਂ ਨਿਚੋੜੀਆਂ ਤੇ ਰੱਸੇ ਬਹੁਤ ਚੜਿਆ ਬੋਰੀਆਂ ਨਿਚੋੜੀਆਂ ਤੇ ਰੱਸੇ ਬਹੁਤ ਚੜਿਆ ਐਰੇ ਗਹਿਰੇ ਕੱਜਾ ਗਾਫੀ ਕੋਲੋਂ ਕੱਕਨਾ ਨੀ ਜਾਂਦਾ ਯਾਰੋ ਫੜਿਆ ਕੀਨੇ ਪੀਤਾ ਚੌੜ ਕੀਨੇ ਪੀਤਾ ਦੁੱਧ ਕਾਹ ਨੀ ਚੜਿਆ ਕੌਣ ਕਾਹਦੇ ਦੁੱਧ ਪੀਂਦਾ ਏ ਔਰ ਕੱਕਨੇ ਦੀ ਕਬੱਡੀ ਬੋਰੀਆਂ ਨਿਚੋੜੀਆਂ ਤੇ ਰੱਸੇ ਬਹੁਤ ਚੜਿਆ ਕੌਣ ਜਾਊ ਭੱਜ ਕੌਣ ਜਾਊ ਅੱਜ ਫੜਿਆ ਕੱਲੇ ਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ ਅਗਲੀ ਕਬੱਡੀ ਬਗੇਲੇ ਪਿੰਡ ਵਾਲਾ ਨਾਰਾ ਪਾ ਰਿਹਾ ਏ ਔਰ ਮੱਖਣ ਡੀਪੀ ਦੀ ਟੀਮ ਲਈ ਖੇਡ ਰਿਹਾ ਏ ਮੋਗੇ ਦੀ ਟੀਮ ਲਈ ਐਂਡ ਅੰਬੀ ਟੂਰ ਇੰਟਰਨੈਸ਼ਨਲ ਕਲੱਬ ਮੋਗੇ ਦੇ ਲਈ ਮੱਖਣ ਡੀਪੀ ਦਾ ਸ਼ਗਾਂਦਰੂ ਅਸਤ ਬਗੇਲਾ ਜੱਦੀ ਪਿੰਡ ਅੱਜ ਮਾਲੇ ਵਾਲੇ ਗੱਭਰੂਆਂ ਨੇ ਮੰਗਵਾ ਲੈ ਲਿਆ ਦੋ ਦਿਨ ਦੇ ਲਈ ਸਾਹਿਬਾਂ ਨੂੰ ਦੇ ਦਿਓ
ਮਗਮਾ ਯਾਰ ਉਦਾਰਾ ਚੰਡੀਗੜ੍ਹ ਵੱਲੋਂ ਅਗਲੀ ਕਬੱਡੀ ਪੈਂਦੀ ਹੋਈ ਕਹਿੰਦੇ ਵੀ ਖਿਡਾਰੀ ਦੀ ਪਰਖ ਨਹੀਂ ਉਹਨਾਂ ਦੇਰ ਹੁੰਦੀ ਜਿੰਨੀ ਦੇਰ ਨਾਲ ਤੇਰੇ ਮੈਦਾਨ ਅੰਦਰ ਵੱਜ ਗਏ ਨਗਾਰੇ ਤੇ ਪੈ ਗਈਆਂ ਟਾਈਆਂ ਪਤਾ ਲੱਗ ਜੂ ਕੌਣ ਹੈ ਕਿੰਨੀ ਕੁ ਜਾਨ ਅੰਦਰ ਹੋਸ਼ ਜੋਸ਼ ਨਾਲ ਜੋ ਕਰਨ ਮੁਕਾਬਲੇ ਉਹ ਜਾਦਾ ਛੱਡ ਜਾਂਦੇ ਨੇ ਜਹਾਨ ਅੰਦਰ ਉਹ ਜਾਦਾ ਛੱਡ ਜਾਂਦੇ ਇੱਧਰ ਵੀਰ ਆਹ ਪਲੇਅਰਾਂ ਨੂੰ ਬੇਨਤੀ ਹੈ ਐਕਸਟਰਾ ਪਲੇਅਰਾਂ ਨੂੰ ਐਕਸਟਰਾ ਪਲੇਅਰਾਂ ਨੂੰ ਬੇਨਤੀ ਹੈ ਬਈ ਸਾਈਡ ਤੇ ਹੋ ਜਾ ਮਾੜਾ ਜਾ ਲਓ ਦੋ ਇੰਦਗੜ ਵੱਲੋਂ ਪੈਂਦੀ ਹੋਈ ਕਬੱਡੀ ਤੇ ਸਾਹਮਣਾ ਚਾਰਨਾ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਕੋਈ ਗੱਲ ਨਹੀਂ ਗਿਆਨੀ ਮਗਰ ਖੜਾ ਹੈ ਜਸਵੀਰ ਮਹਿਣੇ ਵਾਲਾ ਇਸ ਮੌਕੇ ਤਾਂ ਅੱਖਾਂ ਦੋ ਤੋਂ ਚਾਰ ਹੋਣ ਵਾਲੀ ਗੱਲ ਹੁੰਦੀ ਸਾਡੇ ਰੈਫਰੀ ਅੱਖਾਂ ਤੇਜ਼ ਕਰ ਲੈਂਦੇ ਆ ਔਰ ਸਾਹਮਣੇ ਡਬਲ ਜਿਹੜੇ ਰੈਫਰੀ ਲੱਗੇ ਮਗਰ ਵੀ ਰੈਫਰੀ ਆ ਮੂਹਰੇ ਰੈਫਰੀ ਆ ਤਿੰਨ ਤਿੰਨ ਰੈਫਰੀ ਖੜੇ ਘਬਰਾਉਣ ਦੀ ਲੋੜ ਨਹੀਂ ਅਗਲੀ ਕਬੱਡੀ ਮੈਂ ਸਾਹਮਣੇ ਦੇਖਦਾ ਵੀ ਬਲਜੀਤ ਸਿੰਘ ਗੱਭਰੂ ਔਰ ਬਾਡੀ ਦੇ ਨਾਲ ਮਸ਼ਹੂਰ ਕਬੱਡੀ ਵਿੱਚ ਦੌਰ ਉੱਤੇ ਤਵੀਤ ਤੇ ਕੌਡੀ ਨਾ ਪ੍ਰੀਤ ਮਾਲੇ ਵਾਲਾ ਗੱਭਰੂ ਐਸ ਵੀਰ ਅੱਗੇ ਲਾਇਆ ਚਾਰ ਵੀਰਾਂ ਨੂੰ ਬੱਲੇ ਬੱਲੇ ਹੋਊਗੀ ਐਸ ਵਕਤ ਦੇਖਦਾ ਉਰਦੀ ਧੂੜ ਛੂਹਦੀ ਅਸਮਾਨਾਂ ਨੂੰ ਸੱਟਾਂ ਫੇਟਾਂ ਤੋਂ ਬਚਾਈ ਮੇਰੇ ਮਾਲਕਾ ਇਹਨਾਂ ਸ਼ੇਰ ਜਵਾਨਾਂ ਨੂੰ ਸੱਟਾਂ ਫੇਟਾਂ ਤੋਂ ਬਚਾਈ ਮੇਰੇ ਦਾਤਾ ਕਰਾਤੀ ਬੱਲੇ ਬੱਲੇ ਮੁੰਡੇ ਨੇ ਇੰਦਗਿਰੀਏ ਨੇ ਜਫਾ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਹੁਣ ਕੌਣ ਬਰਾਬਰ ਦੀ ਇੱਕ ਮਿੰਟ ਕੱਤਰ ਕਲੀ ਵਾਲਿਆਂ ਨੂੰ ਬੇਨਤੀ ਆ ਵੀ ਆਹ ਪਲੇਅਰਾਂ ਦੇ ਮਗਰਲੇ ਪਾਸੇ ਕਲੀ ਪਾ ਦੇ ਕੱਤਰ ਕਲੀ ਵਾਲਾ ਲਓ ਅਗਲੀ ਕਬੱਡੀ ਕਹਿੰਦੇ ਘਕਣੇ ਦੀ ਆ ਕੀ ਬੈਠ ਖੁੰਡਾਂ ਤੇ ਲੈਣਾ ਆਦਤ ਮਾੜੀ ਗੱਪਾਂ ਦੀ ਮੁੰਡਿਆ ਡੰਡ ਬੈਠ ਵਾਲਾ ਕੌਡੀ ਹੋ ਗਈ ਲੱਖਾਂ ਦੀ ਪਰ ਹੁਣ ਤਾਂ ਕਰੋੜਾਂ ਦੀ ਹੋ ਗਈ ਆ ਇਸ ਸਾਲ ਨਾਲ ਸ਼ੇਰ ਦੀ ਥੋੜੀ ਚੇਂਜ ਕਰਤੀ ਬਈ ਮਲੇ ਗਰੀ ਦਾ ਰੀਸ ਕੀ ਕਰਨੀ ਪਿੱਪਲਾਂ ਬੋੜਾਂ ਦੀ ਮੁੰਡਿਆ ਡੰਡ ਬੈਠ ਕਰ ਵਾਲਾ ਕੌਡੀ ਹੋ ਗਈ ਕਰੋੜਾਂ ਦੀ ਮੁੰਡਿਆ ਡੰਡ ਬੈਠ ਕਰ ਵਾਲਾ ਕਬੱਡੀ ਹੋ ਗਈ ਕਰੋੜਾਂ ਦੀ ਲਓ ਉਹਦੇ ਸਾਹਮਣੇ ਮਾਂ ਦਾ ਬੱਬਰ ਸ਼ੇਰ ਪੌੜਾ ਹੈ ਕਬੱਡੀ ਘਕਣਾ ਤੇ ਉਧਰ ਸ਼ਮਾ ਫੇਰ ਜਫਾ ਲਾ ਦਿੱਤਾ ਬਈ ਲਾ ਦਿੱਤਾ ਜਫਾ ਤੇ ਕਰਤਾ ਫੌਜੀਆਂ ਦੇ ਬਿਸਤਰਿਆਂ ਨੂੰ ਇਕੱਠਾ ਮਾਰ ਦੋ ਤਾਰੀਆਂ ਵੀ ਦਰਸ਼ਕ ਵੀਰੋ ਬਈ ਸਵਾਦ ਆ ਗਿਆ ਜੀ ਮੈਂ ਕਿਹਾ ਥਾਪ ਤੇ ਜਫਾ ਫੌਜੀਆਂ ਦੇ ਬਿਸਤਰੇ ਨੂੰ ਗੋਲ ਕਰਤਾ ਜੀ ਕੋਈ ਅੰਗ ਨਹੀਂ ਛੱਡਾ ਸ਼ਰਮਾ ਜੀ ਕਹਿੰਦੇ ਫੌਜੀਆਂ ਦੇ ਬਿਸਤਰੇ ਨੂੰ ਗੋਲ ਹੈ ਫੌਜੀ ਬੰਦੇ ਸੱਚੇ ਸੁੱਚੇ ਤੇ ਇਮਾਨਦਾਰ ਹੁੰਦੇ ਬਾਈ ਗੁਰਦੀਪ ਸਿੰਘ ਜੀ ਫੌਜੀ ਸਾਡੇ ਵੱਡੇ ਭਾਈ ਸਾਹਿਬ ਉਹ ਵੀ ਟੂਰਨਾਮੈਂਟ ਪੂਰਾ ਸਹਿਯੋਗ ਦਿੱਤਾ ਹੈ ਕਹਿੰਦੇ ਘਟਾ ਕਾਲੀਆਂ ਛਾਈਆਂ ਵਰਦਾ ਨੂਰ ਫੌਜੀ ਆਵੇ ਹਜੇ ਤਰੀਕਾ ਆਉਣ ਤੇਰੇ ਦੀਆਂ ਦੂਰ ਫੌਜੀਆਂ ਵੀ ਆਹ ਗੱਭਰੂ ਵੇਖਦਾ ਵੀ ਨਾਰਾ ਕਬੱਡੀ ਪਾ ਰਿਹਾ ਏ ਔਰ ਬੜਾ ਤੇਜ਼ ਤਰਾਕ ਤੇ ਚੁਸਤੀ ਫੁਰਤੀ ਦਾ ਕਲੀ ਵਾਲਾ ਸੇਵਾਦਾਰ ਵੀ ਕਲੀ ਪਾ ਦੇ ਮਗਰਲੇ ਪਾਸੇ ਜਿਹੜਾ ਸਮਾਪਤ ਹੈ ਮੈਚ ਜਿਹੜਾ ਸਮਾਪਤ ਹੋ ਚੁੱਕਾ ਜੀ ਚੱਲਦੇ ਹੋਏ ਮੈਚ ਚੋਂ ਇੰਦਗੜ੍ਹ ਦੇ ਪੁਆਇੰਟ ਛੇ ਪੁਆਇੰਟ ਇੰਦਗੜ੍ਹ ਦੀ ਟੀਮ ਦੇ ਔਰ 12.5 ਪੁਆਇੰਟ ਮਾਲਾ ਕਲਾਂ ਦੀ ਟੀਮ ਦੇ ਚੱਲਦੇ ਹੋਏ ਮੈਚ ਚੋਂ ਮਾਲਾ ਕਲਾਂ ਜਿੱਤ ਚੁੱਕੀ ਹੈ ਜੀ ਦਰਸ਼ਕ ਵੀਰੋ ਤਾੜੀਆਂ ਮਾਰ ਦਿਓ ਜ਼ੋਰ ਵਾਰ ਇੱਕ ਵਾਰੀ ਜੇ ਕਬੱਡੀ ਦੇ ਪਿਆਰ ਕਰਦੇ ਆ ਕਬੱਡੀ ਵੀਰ ਵਾਰ ਕੇ ਜੇ ਕਬੱਡੀ ਨਾਲ ਮੋਹ ਆ ਨਾ ਫਿਰ ਇੱਕ ਵਾਰੀ ਜ਼ੋਰਦਾਰ ਪ੍ਰਬੰਧ ਵਾਲੇ ਨਾਲ ਤਾੜੀਆਂ ਮਾਰ ਦਿਓ ਲੱਖ ਲੱਖ ਮੁਬਾਰਕ ਹੈ ਸਾਡੇ ਅਵਤਾਰ ਸਿੰਘ ਜੀ ਕਲੇਰ ਭਾਈ ਬੱਬੀ ਕਲੇਰ ਜੀ ਬਲਜੀਤ ਸਿੰਘ ਜੀ ਨੰਬਰਦਾਰ ਸੰਧੂ ਸਾਹਿਬ ਸਾਡੇ ਭਾਈ ਸ਼ਿੰਦਾ ਬਰਾੜ ਜੀ ਸਾਰੇ ਹੀ ਪੂਰੇ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਮੁਬਾਰਕ ਅੱਜ ਮੇਲਾ ਤੁਹਾਡਾ ਸਫਲ ਹੋਣ ਜਾ ਰਿਹਾ ਦੂਸਰਾ ਸੈਮੀ ਫਾਈਨਲ ਮੈਚ ਕੱਲ ਕਲਾਂ ਤੇ ਮਲਕ ਇੱਕ ਪਾਸੇ ਮੋਗਾ ਜ਼ਿਲ੍ਹਾ ਤੇ ਦੂਸਰੇ ਪਾਸੇ ਲੁਧਿਆਣਾ ਜਗਰਾਵਾਂ ਦੀ ਬਿਲਕੁਲ ਬੁੱਕਲ ਦੇ ਵਿੱਚ ਵਸਿਆ ਹੋਇਆ ਨਗਰ ਮਲਕ ਤੇ ਦੂਸਰੇ ਪਾਸੇ ਕੱਲਾਂ ਦੀਆਂ ਸਰਦਾਰੀਆਂ ਕਹਿੰਦੇ ਲੰਮੇਰੇ ਸਮੇਂ ਤੋਂ ਕਬੱਡੀ ਦੇ ਖੇਤਰ ਦੇ ਵਿੱਚ ਕਾਇਮ ਆਇਆ ਦੇਖਦੇ ਹਾਂ ਹੁਣ ਦੂਸਰਾ ਸੈਮੀ ਫਾਈਨਲ ਇਸ ਤੋਂ ਪਹਿਲਾਂ ਦੇ ਨਾਲ ਕੱਲ ਕਲਾ ਕੱਲ ਕਲਾ ਕੱਲ ਕਲਾ ਕਹਿੰਦੇ ਨਹੀਂ ਮੰਨਦੇ ਯਾਰ ਕਮੇਟੀ ਵਾਲੇ ਕਿ 12.5 ਦੇ ਰਹੇ ਨੇ ਭਾਈ ਮੰਗੀ ਕਲੇਅਰ ਜੀ ਬਹੁਤ ਸਾਰਾ ਮਾਨ ਕਮੈਂਟਰੀ ਤੋਂ ਖੁਸ਼ ਹੋ ਕੇ ਭੇਜਦੇ ਨੇ ਸੋ ਬਹੁਤ ਬਹੁਤ ਧੰਨਵਾਦ ਮੰਗੀ ਕਲੇਅਰ ਜੀ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਨ ਪਿਆਰ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਕਹਿੰਦੇ ਮਿਸ਼ਰੀ ਬਣੇ ਨਾ ਰੇਠਿਆਂ ਦੀ ਝੱਗ ਤੋਂ ਤੇ ਅੱਕ ਦੇ ਪੱਤਿਆਂ ਤੋਂ ਨਾ ਚਾਹ ਬਣਦੀ ਚੱਲੇ ਨਾ ਕਚਹਿਰੀ ਵਿੱਚ ਕੇਸ ਕਿਸੇ ਦਾ ਜਿਹੜਾ ਜਿੱਤ ਜਾਂਦਾ ਉਹ ਕੋਲੇ ਤੇ ਹਾਰੇ ਦੀ ਸਵਾਹ ਬਣਦੀ ਕਿਉਂਕਿ ਉੱਥੇ ਜਿਹੜਾ ਜਾ ਲੈਂਦਾ ਮਹਾਰਾਜ ਕਚਹਿਰੀਆਂ ਤੋਂ ਬਚਾਈ ਰੱਖੇ ਇਹਨਾਂ ਦੀ ਚੀਜ਼ ਦੀ ਲੋੜ ਨਾ ਪਵੇ ਸੋ ਜਿਹੜਾ ਜਿੱਤ ਜਾਂਦਾ ਉਹ ਕੋਲੇ ਜਿਹੜਾ ਹਾਰ ਗਿਆ ਉਹਦੇ ਦਾ ਸਵਾਹ ਰਹਿ ਜਾਣੀ ਹੈ ਲਓ ਵੀ ਮੈਚ ਸ਼ੁਰੂ ਹੋਣ ਜਾ ਰਿਹਾ ਦਰਸ਼ਕ ਵੀਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੈਚ ਸਟਾਰਟ ਕਰਾ ਦਈਏ ਕਿੰਨੇ ਸਾਢੇ 12 ਤੇ 13 ਨੋਟ ਕਰ ਲਓ ਖਿਡਾਰੀ ਵੀਰ ਸਾਢੇ 12 ਤੇ 13
हाँ जी सो धन्यवाद करते साडा वीर बलदेव सिंह जी दविंदर सिंह ते पिंदर सिंह ट्रकां वाले साडे वीर जो दविंदर ताने दे नाल गुड़ियां रिश्तेदारियां है पैरोकां दे नाल वह भी इतने पहुंचे ने ते नाल ही साडे वीर ताना जी दस रहे ने है कि असीं मैच देख रहे हैं बैठे मैच देख रहे साडे वीर ताना जी धन्यवाद है पंजाब वन लाइफ डॉट कॉम वाले वीरां दा थोड़ा जा गड़बड़ हो गई इन्होंने वीर का बहुत बहुत धन्यवाद जिन्होंने सानू अज कनेडा दे विच पजाया उधर भी साढ़े एन आर आई वीर प्रमोटर वीर भी सारे कबड्डिया के जफ्या आनंद माणते हुए आ कहते भी जगी गोसिया वक्त है नौजवान का लो भी निम्या कर खा गल इंग्लैंड के खेड मैदान इस मुंडे ने बल्ले बल्ले करवाई है आज दिखते भी पिंड गोरसिया गोरसिया मखण और ना गुबरू आ जगी है और गुंदिया शरीर गबरू का उंगल खड़ी है पर हजे रैफरी नहीं मानता गा जगी पटाके पैने चाहिए है एक पासे कहते कला दे रहे जाफी यारो लखा सोना अंबू ते मंगल भी फर देने जाफी पर लाउंदे संगल भी अमन बराड़ा लंघे आनिया टाटा रेडरा कर देंदे शक्की भी अमन बराड़ा लंघे आनिया यह गल सोला आने सची भी अगली कबड्डी और सुख जिला फिरोजपुर का पिंड हरदासे वाला साधु सिंह का पुत छोटा वीर हरदयाल का साधु सिंह का पुत छोटा वीर हरदयाल का अपाउंदा एक कबड्डी बहा सोहनिया खिलाड़ का अमन बराड़ा कहते उम्र न्याणी एदी चरत बड़ी आ वेखदी अज इहनू दुनिया खड़ी अमन बराड़ा एदी उम्र न्याणी पर कौडी विच चरत बड़ी देखदी अज सारी दुनिया खड़ी सुख हरदासे वाला अंक दा करदा हदा लाओ वे पिंदर चूर चक्का नौजवान कहिंदे जदों होया फाइनल मैच तां यार दिखाए पप्पू ने ढेरियां कोले लिया ला रेड ढाए पप्पू ने जिहड़े नूर चन्ने ने बारे वेखण सरबजीत सिंह सारे ना रख्या दिल करारा दा लोको बड़ा ही चेते आया उदों पुत बराड़ा दा लोको बड़ा ही चेते आया आ कुछ वीर जाल टप के अंदर आ रहे ने कमेटी वाले कहिंदे सेवा हो आ दौली अलखरे पिंड है चार मोटरसाइकिल नौजवान ने जिते ने कहिंदे थोड़े समय दे विच चंगा ना कमा गया जित के चार मोटरसाइकिल ते घर एजेंसी बना गया चार मोटरसाइकिल नौजवान ने जिते ने निम्मा मेरा वीर शेर बोला अगली गल निम्मा जगी बरे लो अगली कबड्डी जगी मैं पहला गल की भी इंग्लैंड इंग्लैंड के खेड मैदान बेहतर रहा है माखिड़ कबड्डी का हीरा और गोरसिया पिंड वाला जगी कबड्डी पा जाए गुंदिया शरीर की सिफत करा हाथ ला के जाफी फड़ा नहीं होगा कला वाला मंगल कैंती पाउण की कोश करता है खुच कढ़न की कोश करता है पर सौखी होंगी नहीं कबड्डी विच खुच कट पटनी ते होंगी ताकत लाउणी मित्रों दा मेहनत दे नाल सारे लगते ने खा के खुराक मित्रों सौखी नहीं खुच कढ़ी जाती सौखी कैंती नहीं लगती आ गबरू जिला फिरोजपुर का पिंड हर सुख का ना सुख है ते नछोटा वीर हरदयाल का पौधा एक कबड्डी बहा सोहनिया खिलाड़ का उम्र न्याणी दी चरत बड़ी अमन बराड़ा अज दुनिया इनू वेखदी खड़ी अमन बराड़ा इनू दुनिया अज वेखदी खड़ी चूर चक वाला गबरू पौधा होया कबड्डी कहिंदे पिठ पिछे कढ़नी फड़ मारनी ते पिठ पिछे कढ़नी बड़ी सौखी हुंदी गाल मित्रो पता उदों लगदा जदों हथ जुड़दे ने बगाने पत्ता नाल मित्रो उधरों नौजवान ने जफा लाया ते पॉइंट जिहड़ा अंबू ने तकड़ा जफा ला के पॉइंट अपने खाते दे विच जमा कीता परसों इस नौजवान ने मारी दी धरती ते भी बहजा बहजा करवा दित्ती अलकड़ियां वाले दौली ने लो सामने उड़दी आ तूड़ देखदे आ भई किहड़ा इहनूं लाउंदा जूड़ किहड़ा बणाउंदा मूड इधर मलक वाला हिंदा खड़ा कहिंदे कहिंदे वड्डे वड्डे रेडरां नूं भज्जण नहीं दिंदा मलक 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 हुंदी जफे लाउंदा जदों हिंदा लै वे कारखाने में गल अगली वाह जी वाह मलक वाला हिंदा भी दुनिया का टॉप का जाफी कहते सुखचैन सिंह चैने की टीम ली कहते भी आ जगराव अकेडमी के खिलाड़ी है और सामने सुखचैन सिंह चैने का चंडा हुआ केला और दिखते भी सामने और कबड्डी पा रहे जगी ना मुंडे का गुंदमा शरीर उच्चा लम्मा कद ते उच्ची एडी हेक आ फड़ी नी पाबो पोनिया ते मैं मुंडा आवां बिक जगी है सुत ना कबड्डी पा रहे मखण गोरसिया पिंड जिला जगराव लुधियाणे का गबरू एक पासे मोगे वाला सोना कमाल करदा लाल करदा कला वाला सोना भी कमाल कोई गल नहीं भली करे पवाबा ठीक है परमात्मा मेर भरिया हाथ रखे जिन्हें भी इको अरदास हिंदा करे सब नू कहते इको अरदास हिंदा करे सब नू और लगे ना खिलाड़ियों के सत मित्रों का प्रीता परमात्मा के दास
ਇੱਕੋ ਅਰਦਾਸ ਸਿੰਦਾ ਕਰੇ ਰੱਬ ਨੂੰ ਦੋਵੇਂ ਹੱਥ ਚੋੜ ਕੇ ਧਿਆਉਂਦਾ ਰੱਬ ਨੂੰ ਪਰ ਜੇ ਗਰਾਊਂਡ ਯਾਰ ਉਹ ਪੂਰੇ ਕੱਟਣਾ ਖੇਡ ਨੇ ਖਿਡਾਰੀ ਭੋਰਾ ਲੱਗੇ ਸੱਟਣਾ ਉਹ ਖੇਡ ਨੇ ਖਿਡਾਰੀ ਮੁੰਡੇ ਲੱਗੇ ਸੱਟਣਾ ਮੈਂ ਦੇਖਦਾ ਵੀ ਸਾਹਮਣੇ ਇਸ ਵਕਤ ਸੁੱਖ ਹਰਦਾਸੇ ਪਿੰਡ ਵਾਲਾ ਬੱਲੇ ਬੱਲੇ ਕਰਵਾਉਂਦਾ ਹੋਇਆ ਅੰਤ ਅਗਲੀ ਆ ਗੱਭਰੂ ਪਿੰਦਰ ਕਬੱਡੀ ਪਾ ਰਿਹਾ ਹਾਂਜੀ ਸ਼ਰਮਾ ਲਓ ਬਈ ਚੂਰ ਚੱਕ ਵਾਲਾ ਗੱਭਰੂ ਫੇਰ ਪਾਉਂਦਾ ਹੋਇਆ ਕਬੱਡੀ ਯਾਦਾਂ ਦੇ ਗੁਲਸਤਾਨ ਵਿੱਚ ਗੁਲਦਾਨ ਬਹੁਤ ਨੇ ਖੁਸ਼ਬੂ ਹੈ ਕਿਸੇ ਕਿਸੇ ਮੇ ਵਰਾਨ ਬਹੁਤ ਨੇ ਯਾਦਾਂ ਦੇ ਗੁਲਸਤਾਨ ਵਿੱਚ ਗੁਲਦਾਨ ਬਹੁਤ ਨੇ ਖੁਸ਼ਬੂ ਹੈ ਕਿਸੇ ਕਿਸੇ ਮੇ ਵਰਾਨ ਬਹੁਤ ਨੇ ਲਓ ਵੀ ਮੰਗਲ ਲਾਦਾ ਸੰਗਲ ਦੇਖੋ ਮਾਰੋ ਤਾੜੀਆਂ ਬਈ ਦਰਸ਼ਕ ਵੀਰੋ ਵੀ ਮਾਰਦੇ ਤਾੜੀਆਂ ਬੱਲੇ 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 ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਯਾਦਾਂ ਦੇ ਗੁਲਸਤਾਨ ਵਿੱਚ ਗੁਲਦਾਨ ਬਹੁਤ ਨੇ ਖੁਸ਼ਬੂ ਹੈ ਕਿਸੇ ਕਿਸੇ ਮੇ ਵਿਰਾਨ ਬਹੁਤ ਨੇ ਦਰਦ ਹੰਝੂ ਹਾਦਸੇ ਇਹ ਜ਼ਿੰਦਗੀ ਬਸ ਕਰ ਤੇਰੇ ਇਸ ਬਦ ਨਸੀਬ ਤੇ ਅਹਿਸਾਨ ਬਹੁਤ ਨੇ ਦਾਗ ਨਾਲਾ ਮਮਤਾ ਨੂੰ ਬਖਸ਼ ਦੇ ਲੂਣਾ ਪੂਰਨ ਨੂੰ ਤੇਰੇ ਵਾਸਤੇ ਸੁਲਤਾਨ ਬਹੁਤ ਨੇ ਐਵੇਂ ਮਸਲ ਨਾ ਫੁੱਲਾਂ ਨੂੰ ਤੇ ਮਦੋਲ ਨਾ ਕਲੀਆਂ ਨੂੰ ਤੈਨੂੰ ਤਾਕਤ ਵਿਖਾਉਣ ਵਾਸਤੇ ਮੈਦਾਨ ਬਹੁਤ ਨੇ ਤੈਨੂੰ ਤਾਕਤ ਵਿਖਾਉਣ ਵਾਸਤੇ ਮੈਦਾਨ ਬਹੁਤ ਨੇ ਪੂਰੀ ਹੀ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਮੁਬਾਰਕਾਂ ਬਲ ਬੱਬੀ ਕਲੇਰ ਜੀ ਵੀ ਆਨੰਦ ਮਾਣਦੇ ਨੇ ਸ਼ਿੰਦਾ ਬਰਾੜ ਜੀ ਵੀ ਕਬੱਡੀਆਂ ਦੇ ਜੱਸ਼ਾਂ ਦਾ ਆਨੰਦ ਮਾਣਦਾ ਅਵਤਾਰ ਸਿੰਘ ਜੀ ਕਲੇਰ ਸਾਡੇ ਸੰਧੂ ਸਾਹਿਬ ਜੀ ਹਾਂਜੀ ਅਗਲੀ ਕਬੱਡੀ ਫਿਰ ਜੱਗੀ ਪਾਉਂਦਾ ਅੱਗੇ ਵੱਧ ਕੇ ਮੁੰਡਾ ਸੋਹਣਾ ਸੁਨੱਖਾ ਚੜ੍ਹਦੀ ਬਰੇਸ ਆ ਗੱਭਰੂ ਦੀ ਕਹਿੰਦੇ ਸੋਹਣੇ ਹਰ ਮੈਥੋਂ ਸੋਹਣਾ ਨਹੀਂ ਜੱਗ ਤੇ ਕੋਈ ਜੰਮ ਸਕਦਾ ਹਰ ਸੋਹਣੇ ਬੰਦੇ ਨੂੰ ਇਹ ਗਰੂਰ ਹੁੰਦਾ ਕੱਲ ਸੁਣ ਵਾਲੀ ਹੈ ਜੀ ਕਹਿੰਦੇ ਮੈਥੋਂ ਸੋਹਣਾ ਨਹੀਂ ਕੋਈ ਜੱਗ ਤੇ ਜੰਮ ਸਕਦਾ ਹਰ ਬੰਦੇ ਨੂੰ ਇਹ ਗਰੂਰ ਹੁੰਦਾ ਤੇ ਮੇਰੇ ਸਾਹਮਣੇ ਕੋਈ ਨਹੀਂ ਝਾਕ ਸਕਦਾ ਵੈਲੀ ਬੰਦੇ ਨੂੰ ਇਹ ਫਤੂਰ ਹੁੰਦਾ ਕਹਿੰਦੇ ਲੰਮੀ ਜ਼ਿੰਦਗੀ ਉਹ ਕਦੇ ਨਹੀਂ ਭੋਗ ਸਕਦਾ ਮਾੜੇ ਕੰਮਾਂ 'ਚ ਜਿਹੜਾ ਮਸ਼ਹੂਰ ਹੁੰਦਾ ਔਰ ਕਹਿੰਦੇ ਮੱਖਣ ਬਰਾੜਾ ਤੇ ਕਤਲ ਵੀ ਕਰਨ ਦੋਵੇਂ ਤੇ ਨਾਲ ਜੱਟ ਦੇ ਮੱਝ ਵੀ ਜ਼ਰੂਰ ਹੁੰਦਾ ਜ਼ਰੂਰ ਹੁੰਦਾ ਗੱਲਾਂ ਸੱਚੀਆਂ ਜੀ ਕੱਲ ਪਿਆਰ ਦੀ ਕਤਲ ਦੀ ਗੱਲ ਨਹੀਂ ਪਿਆਰ ਦੀ ਗੱਲ ਕੀਤੀ ਆ ਪਿਆਰ ਬਹੁਤ ਹੁੰਦਾ ਏ ਆਹ ਦੇਖਦੇ ਵੀ ਕਹਿੰਦੇ ਔਰ ਪਿਆਰ ਦੀ ਗੱਲ ਕੀਤੀ ਸਮੇਂ ਦੀ ਗੱਲ ਅਗਲੀ ਕਬੱਡੀ ਸੁੱਖ ਹਰਦਾਸੇ ਵਾਲਾ ਹਰਦਿਆਲ ਦਾ ਛੋਟਾ ਵੀਰ ਇੱਥੇ ਰੱਖ ਧੱਕੇ ਮਾਰ ਕੇ ਦਲਾਨੋ ਕੱਢਿਆ ਨੀ ਹਜੇ ਜੇਠ ਮਾਰੇ ਬੜਕਾ ਧੱਕੇ ਮਾਰ ਕੇ ਗਰਾਊਂਡੋ ਕੱਢਿਆ ਗਰਾਊਂਡ ਤੋਂ ਕੱਢਣ ਵਾਲੀ ਗੱਲ ਮਲਕ ਵਾਲਾ ਗੱਲ ਬੱਲੇ ਬੱਲੇ ਕਰਾ ਗਿਆ ਲਓ ਬਈ ਸੁੱਖੇ ਦੀ ਪੈਂਦੀ ਹੋਈ ਕਬੱਡੀ ਉੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਰਾਮ ਸਿੰਘ ਜੀ ਨਾਰਾ ਜੀ ਤੇ ਨਾਲ ਹੋਰ ਵੀ ਬਹੁਤ ਸਾਰੇ ਸਾਡੇ ਸਤਿਕਾਰਯੋਗ ਚਿਹਰੇ ਬੈਠੇ ਇਹਨਾਂ ਆਨੰਦ ਮਾਣਦੇ ਕਬੱਡੀਆਂ ਦੇ ਜੱਫਿਆਂ ਨੂੰ ਲਓ ਵੀ ਸੁੱਖਾ ਪੁਆਇੰਟ ਲੈ ਕੇ ਫਿਰ ਆਪਣੇ ਪਾਲੇ ਦੇ ਵਿੱਚ ਪਸੀਨਾ ਪੂਰਾ ਜਾਫੀ ਦੇ ਖਾਤੇ ਦੇ ਵਿੱਚ ਵੀਰ ਜੀ ਨੋਟ ਕਰ ਲਓ ਜਾਫੀ ਦਾ ਪੁਆਇੰਟ ਸੀਗਾ ਚੱਲ ਬਈ ਇੱਧਰ ਦੌਲੀ ਵੀ ਪੈਂਦੀ ਹੋਈ ਕਬੱਡੀ ਭੰਗੜੇ ਦੇ ਮੋਹਰੀ ਅਲ ਵੇਲੇ ਖੇਡਾਂ ਦੀ ਸੱਚੀ ਜਿੰਦ ਜਾਨ ਨੇ ਸਿੱਧੂ ਵਾਂਗੂ ਸਾਰੇ ਹੀ ਸਿਫਤ ਇਹਨਾਂ ਦੀ ਕਰਦੇ ਬਿਆਨ ਨੇ ਕੰਨਾਂ ਉੱਤੇ ਹੱਥ ਰੱਖ ਹੇਕ ਲਾਉਣ ਜਾਣਦੇ ਵੀ ਗੱਭਰੂ ਪੰਜਾਬ ਦੇ ਤਾਉਣੇ ਉੱਚੀ ਕਰਕੇ ਜਿਉਣਾ ਜਾਣਦੇ ਵੀ ਗੱਭਰੂ ਪੰਜਾਬ ਦੇ ਤਾਉਣੇ ਉੱਚੀ ਕਰਕੇ ਜਿਉਣਾ ਜਾਣਦੇ ਉੱਧਰ ਫੌਜੀ ਸਾਹਿਬ ਵੀ ਸਾਡੇ ਕੁਝ ਮਸ਼ਵਰੇ ਕਰ ਰਹੇ ਨਿੰਮੇ ਦੇ ਨਾਲ ਕਹਿੰਦੇ ਪੰਜਾਬੀਆਂ ਦਾ ਸਿੱਕਾ ਜੱਗ ਸਾਰਾ ਮੰਨਦਾ ਹੁੰਦਾ ਜਿਵੇਂ ਫੈਰ ਫੌਜੀਆਂ ਦੀ ਗੰਨ ਦਾ ਹਾਂਜੀ ਆ ਜਾ ਇੱਥੇ ਆਪਣੇ ਕੋਲੇ ਸਹਿਲਾ ਮਹਿਕ ਬੋਲ ਹਾਂ ਦੋ ਚੱਲਦੇ 70 ਕਿਲੋ ਮਲਕ ਦੀ ਟੀਮ ਦੇ ਪੁਆਇੰਟ 5 ਪੁਆਇੰਟ ਮਲਕ ਦੀ ਟੀਮ ਦੇ ਨੋਟ ਕਰੋ ਜੀ ਕੱਲਾਂ ਦੀ ਟੀਮ ਦੇ ਪੁਆਇੰਟ 12.5 ਚਾਹੇ ਮੈਚ ਤੋਂ ਪਹਿਲਾਂ ਇੰਦੀ ਹੈ 12.5 ਤੇ 5 ਦੇ ਫਰਕ ਨਾਲ ਜਿੱਤ ਚੁੱਕੀ ਹੈ ਕੱਤਰ ਨੂੰ ਬੇਨਤੀ ਹੈ ਵੀ ਕਲੀ ਪਾ ਦੇ ਥੋੜੀ ਥੋੜੀ ਤੇ 70 ਕਿਲੋ ਦੇ ਸਪਰੇ ਗਰਾਊਂਡ ਦੇ ਵਿੱਚ ਪਜਦੀ ਕਰੋ ਡੀਐਸ ਸਿਕਿਉਰਿਟੀ ਸਿਸਟਮ ਬੜਾ ਵਧੀਆ ਸਿਸਟਮ ਹੈ ਇਹਨਾਂ ਦਾ ਗੱਬਰ ਸਾਊਂਡ ਬੜਾ ਵਧੀਆ ਸਾਊਂਡ ਆ ਵੀਰ ਦਾ ਤੇ ਸੂਦ ਡਿਜੀਟਲ ਸਟੂਡੀਓ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਾਡੇ ਦਾਨੀ ਸੱਜਣਾਂ ਦਾ ਧੰਨਵਾਦ ਹੈ ਜਿਨ੍ਹਾਂ ਦੇ ਸੰਯੋਗ ਦੇ ਨਾਲ ਇਹ ਮੇਲਾ ਹੋ ਰਿਹਾ ਕਿਉਂਕਿ ਕਿਸੇ ਇੱਕ ਦੀ ਵਜ੍ਹਾ ਦੇ ਨਾਲ ਕਿਸੇ ਦੇ ਮੈਚ ਨਹੀਂ ਹਰਾਇਆ ਜਾ ਸਕਦਾ ਕਈ ਵਾਰ ਪਲੇਅਰ ਮਾੜਾ ਵੀ ਹੁੰਦਾ ਨਾਲ ਚੰਗੇ ਵੀ ਹੁੰਦੇ ਆ ਇੱਕ ਦੀ ਵਜ੍ਹਾ ਦੇ ਨਾਲ ਮੈਚ ਨਹੀਂ ਹਰਾਇਆ ਜਾ ਸਕਦਾ ਤੇ ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਟੂਰਨਾਮੈਂਟ ਨਹੀਂ ਕਰਾਇਆ ਜਾ ਸਕਦਾ ਸੋ ਸਾਰੇ ਸਹਿਯੋਗੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ 70 ਕਿਲੋ ਦਾ ਫਾਈਨਲ ਮੁਕਾਬਲਾ ਮੋਗਾ ਤੇ ਔਗੜ 70 ਕਿਲੋ ਦਾ ਫਾਈਨਲ ਮੁਕਾਬਲਾ ਮੋਗਾ ਵਰਸਸ ਔਗੜ ਦੋਨੇ ਟੀਮਾਂ ਦੇ ਦਰਮਿਆਨ ਚੱਲਣ ਜਾ ਰਿਹਾ ਇਹਦੇ ਵਿੱਚੋਂ ਆਪਾਂ ਬਾਈ ਜੀ ਡਿਊਟੀ ਲਾ ਦਿਓ ਜਿਹੜੇ ਆਪਾਂ ਬੈਸਟ ਲੀਡਰ ਤੇ ਜਾਫੀ ਕੱਢਣੇ ਆ ਬਾਈ ਬੱਬੀ ਜੀ
लो भाई 70 किलो का फाइनल मुकाबला शुरू होने जा रहा है। दर्शक वीरो 30 टीम 70 किलो दी सी, तीह टीम चो नित्र के आईया हुई दो टीम मोगा ते औगड़। भाई मंगी कलेर जी बहुत सारा माण कमेंट्री तो खुश होकर भेजते हैं, स्प्रे वीर जी ग्राउंड च पहुंचती कर दौ नाल ही 3100 रुपया बेस्ट रेडर ते जाफी नूं एक्सट्रा दिता जाना। दोनों टीम नोट कर लैन, बेस्ट जाफी ते रेडर दे लई 3100 रुपए के मान सम्मान होणगे। लो हुण पता लगना, कहिंदे भी पता है पंगा पाए तो लगदा केड़ा रेट बराबर करदा, लग जांदा पता फिर देसी घिओ विच खादियां चूरियां दा कीने पीता त्यौर कीने दुद्ध चुंगिया बोरियां दा। कहिंदे गाजियाने दा काला गिणिया जाफी पैड़ा बाला, तीर्थ गाखणा बाला चंगा जीता मौर ते काला संगा। जिंदर खानो वाली अभी खेडे खेड कड़ाके दी, दुनिया खड़ खड़ खेड है मेहदी फौजी कुर छापे दी। कमिकर सिंह जी औगड़ भी विशेष तौर से पुजे ने, उधर भाई धाना सिंह जी वैरो के आजाद आजाद कलबी कबड्डी क्लब एडमिंटन वाले वह भी नैट के राही जुड़े ने। जिन्हें भी एन आर आई वीर नैट के राही जुड़े ने उन्हों का बहुत बहुत धन्यवाद। लो मुकाबला मोगा ते औगड़, मोगे वालों पहली कबड्डी कहते चंद पुराना जद्दी पिंड है अमना ना है इस गभरू का, चंद पुराने वालों अमना पहली कबड्डी पाँदा होया कहते भी नाके 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 कबड्डी है शोर मोगे दी देखनी मन चित लाके गबरू जद पौन कबड्डियां ते बिल रफला तो पैन पटाके हाथे इन्हां दे जमा नहीं खड़दा मां दे पुत जम्मे आ पता नहीं की खाके। लो आमने दी पैंदी हुई कबड्डी फाइनल मुकाबला कबड्डी 70 किलो दा 3100 रुपया एक्स्ट्रा। लो उधर खालसा मेरा ज्ञानी नचण ना देवे मैं नचण बथेरा जान दे मार दो तारियां भाई। पहला डेढ़ अंक अमन चंद पुराने वाले अमने दे खाते मोगे दी टीम दे विच खाते दे विच जमा कर शकीन बई वेले बह के रब ने बनाए लगते मुखड़े हसीन बई अलड़ा ने दिलों पर माहौल जान दे गभरू पंजाब दे उची करके जे आना जान दे गभरू पंजाब दे आप ही सुनिया पा अगली कबड्डी। अगली गल चंद पुराने वाले दर्शक नम्या कोई दो गल्ला। हाँ जी पहला तो मेरी बेनती भी कली सेवादार कली पा दे क्योंकि ढेरिया वादन पै गई तो पिछे कली पानी बहुत जरूरी है, कली पाओ जी पिछो मेरी बेनती है कली वाले सेवादार कली पा देते धन्यवाद करते हैं। और कीपा कलेर जी आ जगह गिल जो स्कोर मैन की सुबह तो लैके ड्यूटी दे रहे हैं बहुत धन्यवाद। कीपा कलेर से जगह गिल साढ़े वीर और साढ़े वीर जसविंदर बराड़ होनी नंबरदार होनी वड्डिया जिम्मेदारियां सामभ रहे ने सारे वीर का आ सुनाम सिंह जी छत्ता साढ़े सारे वीर गिल साहब बड़ी वड्डिया जिम्मेवारियां सारा ने सामभिया बहुत वड्डा कबड्डी का कप हुआ जी सारे वीर का बहुत धन्यवाद जी। इंटरनेशनल कबड्डी प्लेयर इस खिलाड़ी का मान सम्मान समुचे साढ़े अकाल सर यूथ क्लब वालों आखिर विछड़ जाणगे माली इह तां गल वखरी है कि कदे चमन होण ना खाली मुरख मर के भी मुकदे ना भगत सूरमा दानी दुनिया पई जांदी है बंदिया छड़ जा कोई निशानी दुनिया पई जांदी है। सोना जलालाबादिया जी ने जफा लाया सोना जलालाबादिया नोट करो जी सोना जलालाबादिया लव करने की कबड्डी पै चुकी है ऐसा अपना पिंडवाला गबरू भाई रूपे वाला पिंड जिला बठिंडे का पिंड बाजी मार गया बठिंडे वाला गबरू ते बाकी रह गए पाप पुछदे बाजी मार गया बठिंडे वाला गबरू रामपुरा पिंडा करनी राय मुंडे दा जिहड़ा अंक लैके वापस आए। अगली कबड्डी चंदपुरा चंदा वाला गबरू चंद नामे अमना कबड्डी पा रहा है अमन सिंह कबड्डी पा रहा है मोगा टीम वालों अकाल सर मोगे की टीम वालों अमन कबड्डी पाउंदा होया ते केड़ा जाफी मैं दिखदा भी असत अगे वध के जफा मारेगा। हेलो
लो सामने नहीं रिस प्यार दे रहा प्यार दे रहा प्यार जीत ना नहीं कोई नहीं कोई नहीं हमने हाथ पीछे हमने इधर मोड़ तू तेरे पॉइंट में लग गया पीछे आ ओह नॉर्मल लगेगा ना भाई अपना किन्हें दे बगीचे में अपन सम्मान करता नहीं जी नहीं दे मैं बगीचा इंदकार दे सुकर दास अमरू जनेट पूरा हाँ उतने खिलाड़ी पर इंदे हाँ जी अमरू ते बगीचा कृपा करके भी मेरे वीर स्टेज पर आयर सुकर दासा बस जी यही अपने खिलाड़ी इंदे है बाकी पास सारे सम्मान कर चुके हैं बहुत बढ़िया खिलाड़ी जिन्हें भी इंटरनेशनल खिलाड़ी जो बाहर खेलते हैं असी उन्होंने सम्मान किया है जिन्हें मटनों भी इधर स्टेज नेड़े आ जाए लावे इधर अमन पौड़ा है कबड्डी बैठे कबड्डी दे मैदान हाँ जी हाँ जी चलाओ जी ग्राउंड कबड्डी दे मैदान में चकार देने कैर जेड़े भाई वो ही कार देने विदेशा दी सैर भाई फिर जाके भर देने मैदान च उड़ारियां कबड्डी दे खिडारियों मिल दिया अल्टो स्विफ्टा सुपारियां कबड्डी दे खिडारियों मिल दिया अल्टो स्विफ्टा सुपारियां लो अवने जफा लाने की कोशिश करता है 70 किलो का पूरा पकया है मैदान उडगी तूड़ पाउंदे ने जो वाह भाई वाह जलालाबादिया गबरू नोट कर लो जी ना पुछो जलालाबादिया सुना जलालाबादिया सुना कमाल कर दा मार पौला गिची लाल कर दा कमाल कर गया है शामा पर गया है और देखते भी आसुक तो चढ़ते सूरज दिया कबड्डियां देखिया फिर बठिंडे वाला गबरू करनी कबड्डी पर आए बल्ले बल्ले होगी पिंडा वाला गबरू अगे होके कौन दी गल को जा निकरा दा रंग पर अंक करनी भाई रुपए पिंड वाला बाजी मार गया बठिंडे वाला गबरू ते बाकी रह गए पाप पुछते बाजी मार गया करनी भाई रुपए वाला ते बाकी रहेगी पा पुश दे अगली कबड्डी फिर मैं लगता भी आसुते फौजी साहब दे सपुत्र दी सैदी जी कबड्डी पै चुकी है गुरदीप सिंह फौजी नु मान अपने सपुत्र होए आ नई रिस्सा बल्ले बल्ले होगी गबरू दलेरा दी खेड कबड्डी मां दे बब्बर शेरां दी दोनों ही ओपनिया टीम भी ग्राउंड में पहुंच जाए करने भाई रूप वाला नौजवान अगली कबड्डी के लिए वादा होया किसी पंजाबी ने कदे सोचा नहीं होना नमें कदे किसी पंजाबी ने सोचा नहीं होना कि कदे कबड्डी खेल ते भी चंगे दिन आउणगे जी इसका मुल करोड़ों के बिच हो जू ते टीवी चैनल उत्ते दिखाउणगे जी पदौड़ वालिया पंजाबियों ने जिद फर ली ते क्रिकेट दे बराबर कबड्डी नू बिठाउणगे जी पदौड़ वालिया पंजाबियों ने जिद फर ली क्रिकेट दे बराबर कबड्डी नू बिठाउणगे जी अमने दी पहली हुई कबड्डी करनी भाई रूपा लो सामने फिर अगली कबड्डी अमन पारा है मोगे वालों आकाश पर मोगे की टीम का खिलाड़ी आज चंद नवा पिंड है मुंडे का भावे अज मोगे टीम लिए कबड्डी खेल रहा है दो दिन दे ले साहबा नु दे दो मगमा यार उधारा मगमा ले लिया है और तन भी सामने आगर पिंड वाले पासे हट जी जू सूद डिजिटल स्टूडियो साडा वीर और काली काली कबड्डी कले कले जफे नु कैच करदा है देखदे भी जफा लाऊगा जां फिर असिस्ट करनी और अमना भज के जाऊगा हम क्या दे रहे हैं सजना वे मित्रा खतरेदार तू गू बोल गया वे मित्रा खतरेदार तू गू बोल गया महादेव को तो खड़ा रहे हैं खेड़ दी भावना खेडो ऐसी काली जी नोट करो काली काली सी मुंडा जी ने जफा लाए काली क्योंकि खेड़ियां अपने प्यार दे भावना बधा दी ना के लड़ा दी कोई गल नहीं हमने ये तो माड़िया मोटिया तो वजदी होंगे फिर खेड देंगे साढ़े कौन मार लू पासे खड़े दे लो भी करनी भाई रूपे वाला नाम कहिंदे कई रेडा पाउंदे ने कई पाउंदे रेडा कई जांदे जफे गड्डी रच गई यारो पंजाबियां दे खून च कबड्डी पंजाबियां दे खून विच रचण वाली गल है लो भी उधर केड़ा गबरू है जफा लाउण दी कोशिश करदा है पर पॉइंट जिहड़ा रेडर दे खाते दे विच निक्का मौके वालों अगली कबड्डी पाउंदा होया निक्का कहिंदे खेडां विचों खेड नराली शान पंजाबियां दी इसे विच ही बसदी लोको जान पंजाबियां दी विच मैदान दे पिरना हुंदा कम दलेरां दा खेड कबड्डी खेडना शौक पंजाबी शेरां दा लावे सूद डिजिटल वाले वीर करला फोक्स कैमरा मार दो ताड़ियां भाई पॉइंट जिहड़ा जाफी दे खाते दे विच भाई फूले वाले दसदा भी पॉइंट जाफियां दे खाते दे विच पाखा गबरुआ कबड्डी सोना या बीरे सोना जलालाबादी है वाह जी वाह मुंडा भी सोना ना भी सोना है नहीं गल कोई की होगा रंग शामला जाए
ਪਰ ਕੰਮ ਵੇਖਦਾ ਵੀ ਚਿੱਟੇ ਦੁੱਧ ਵਰਗੇ ਕਰਦਾ ਸੋਹਣਾ ਜਲਾਲਾ ਵਧੀਆ ਪੰਜਾਬੀਆਂ ਦਾ ਮਸ਼ਹੂਰ ਰੰਗ ਆ ਸ਼ਾਮਲਾ ਰੰਗ ਭਾਵਾਂ ਮੇਰੇ ਵਾਂਗੂ ਨਾਲਾਂ ਦੇ ਬੱਤੀਆਂ ਚਮਕਦਾ ਹੋਵੇ ਜਦੋਂ ਵਿਚੋਲੇ ਨੇ ਸਾਥ ਕਰਾਉਣਾ ਹੁੰਦਾ ਨਾ ਉਦੋਂ ਐਂ ਕਹੀਏ ਤਾਂ ਬਸ ਮੁੰਡੇ ਦਾ ਰੰਗ ਸ਼ਾਮਲਾ ਜਾ ਇਹ ਰਲਦਾ ਮਿਲਦਾ ਇਹ ਕਣਕਵਨਾ ਰੰਗ ਆ ਤੁਹਾਡੇ ਭਰਾ ਚ ਰਲਦਾ ਮਿਲਦਾ ਮੁੰਡੇ ਸ਼ਾਮਲੇ ਜੇ ਰੰਗ ਵਾਲੇ ਦੀ ਕਬੱਡੀ ਬੱਲੇ ਬੱਲੇ ਪਿੰਡਰਾਂ ਵਾਲਾ ਗੱਭਰੂ ਅੱਗੇ ਹੋ ਕੇ ਲੱਕ ਦਾ ਕਲਾਵਾ ਹੰਝਾਂ ਦੇ ਨੇੜੇ ਆ ਕੇ ਭਰਦਾ ਏ ਔਰ ਮੈਂ ਵੇਖਦਾ ਵੀ ਅਸਕ ਅੰਕ ਅਗਰ ਪਿੰਡ ਦੇ ਲਈ ਔਰ ਭਾਈ ਨੂੰ ਕਰਨੀ ਜੋੜ ਚੁੱਕਾ ਏ ਬਹੁਤ ਵਧੀਆ ਹਾਂਜੀ ਦੁੱਧ ਮੱਖਣਾਂ ਦੇ ਨਾਲ ਪਲੇ ਗੱਭਰੂ ਪੁੱਜ ਕੇ ਸ਼ਕੀਨ ਬਾਈ ਪੁਆਇੰਟ ਲਓ ਬਈ ਫੌਜੀ ਸਾਹਿਬ ਦੇ ਬੇਟੇ ਨੇ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਵਿੱਚ ਇਸ ਤੋਂ ਪਹਿਲਾਂ ਜਿਹੜੇ ਸਟਾਪਰ ਨੇ ਮੁੰਡੇ ਨੇ ਰੋਕਿਆ ਔਰਲੇ ਪਾਸੇ ਵਾਲੇ ਨੇ 100 ਰੁਪਇਆ ਅਜੇ ਸ਼ਰਮਾ ਵੱਲੋਂ ਇਸ ਤੋਂ ਪਹਿਲਾਂ ਜਿਹੜਾ ਜੱਫਾ ਔਰਲੇ ਸਟੇਜ ਵਾਲੇ ਪਾਸੇ ਮੁੰਡੇ ਨੇ ਰੋਕਿਆ ਸੀਗਾ ਉਹਨੂੰ 100 ਰੁਪਇਆ ਅਜੇ ਸ਼ਰਮਾ ਭਗਤ ਰਾਵਿੰਡ ਕੰਪਨੀ ਸੋਹਣਾ ਉਗੜ ਲੈ ਲਓ 100 ਦੇ ਨੋਟ ਤੇ ਕਾਫੀ ਮਾਨ ਸਨਮਾਨ ਕਰ ਰਹੇ ਨੇ ਬਾਪੂ ਗਾਂਧੀ ਦੀ ਫੋਟੋ ਵਾਲਾ ਨੋਟ ਦੇ ਗਏ ਨੇ ਕਹਿੰਦੇ ਬਾਹਰ ਏ ਗਾਂਧੀ ਜਿਹੜੇ ਦਰਸ਼ਕ ਵੀਰ ਗਰਾਊਂਡ ਦੇ ਵਿੱਚ ਵੜੇ ਹੋਏ ਜੀ ਸਾਰੇ ਬਾਹਰ ਆ ਜਾਓ ਸਿਕਿਉਰਿਟੀ ਗਾਰਡ ਵਾਲੇ ਨੂੰ ਕਹੋ ਜੀ ਜਿਹੜੇ ਦਰਸ਼ਕ ਗਰਾਊਂਡ ਦੇ ਵਿੱਚ ਆ ਉਹਨਾਂ ਨੂੰ ਬਾਹਰ ਕਰੋ ਜੀ ਪਾਸੇ ਵਾਹ ਜੀ ਵਾਹ ਇੱਕ ਮਿੰਟ ਜੀ ਪਾਲੀ ਨੇ ਪਾਲੀ ਪਾਣੀ ਖੂਹ ਤੋਂ ਭਰੇ ਨਾਇਰਿਸਾ ਵਾਹ ਪਾਲੀ ਗੁੱਸਾ ਆਇਆ ਅਕਲ ਗਈ ਰੌਂਦ ਚਲਾਇਆ ਰਫਲ ਗਈ ਗੁੱਸੇ ਨੇ ਕਹਿੰਦਾ ਪਿਆਰ ਰੱਖਣਾ ਚੰਗਾ ਭਰਾ ਜਿਹੜੇ ਮੇਰੇ ਨਾਲ ਖੜੇ ਆ ਵੀਰ ਸਾਰਿਆਂ ਨੂੰ ਕਹਿ ਗਰਾਊਂਡ ਤੋਂ ਪਾਸੇ ਹੋ ਜਾਓ ਇੱਕ ਸਾਈਡ ਤੇ ਬੈਠਾ ਉਪਰੰਤ ਸਾਰੇ ਵੀ ਸਾਰਿਆਂ ਨੂੰ ਗਰਾਊਂਡ ਤੋਂ ਪਾਸੇ ਕਰ ਦਿਓ ਜਿਹੜੇ ਫਾਲਤੂ ਖੜੇ ਆ ਜੀ ਆਪਣੇ ਕਮੇਟੀ ਮੈਂਬਰ ਵੀ ਥੱਲੇ ਹੋ ਜਾਓ ਸਾਈਡ ਤੇ ਹੋ ਜਾਓ ਕਮੇਟੀ ਮੈਂਬਰ ਵੀ ਸਾਈਡ ਤੇ ਹੋ ਜਾਓ ਭਾਈ ਕਮੇਟੀ ਮੈਂਬਰ ਵੀ ਨੰਗੀ ਕਲੇਰ ਵੱਲੋਂ ਪਾਲੀ ਦੀ ਸੈਰ ਤੇ ਪਹੁੰਚਾਏ ਨੰਗੀ ਕਲੇਰ ਵੱਲੋਂ ਬਹੁਤ ਧੰਨਵਾਦ ਜੀ ਪਾਲੀ ਦੇ ਜੱਫੇ ਤੇ ਖੁਸ਼ ਹੋ ਕੇ 100 ਰੁਪਇਆ ਪਹੁੰਚਾਏ ਤੇ ਮੈਂ ਸਾਹਮਣੇ ਵੇਖਦਾ ਫਿਰ ਜਲਾਲਾਬਾਦ ਦੀ ਆ ਮੁੰਡਾ ਕਿਹੜੇ ਲੈ ਜੱਫਾ ਜੀ ਇਹ ਸੀ ਕਾਲੀ ਜੀ ਪਾਲੀ ਨੂੰ 100 ਰੁਪਇਆ ਸਰਦਾਰ ਰਾਮ ਸਿੰਘ ਜੀ NRI ਵੱਲੋਂ ਇਹ ਜੱਫਾ 100 ਰੁਪਇਆ ਬਹੁਤ ਧੰਨਵਾਦ ਜੀ ਰਾਮ ਸਿੰਘ ਜੀ NRI ਕਾਲੀ ਦੇ ਜੱਫੇ ਤੇ ਖੁਸ਼ ਹੋ ਕੇ ਵੱਡਾ ਮਾਣ ਔਰ ਪਾਲੀ ਸਰ ਤੇ ਇੱਕ ਮਿੰਟ ਓਪਨ ਦੀਆਂ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਓਪਨ ਦੀਆਂ ਦੋਨੇ ਟੀਮਾਂ ਬਾਈ ਜਿਹੜੇ ਓਪਨ ਦੇ ਮੈਚ ਦੇ ਵਿੱਚ ਜਿਹੜੇ ਗਰਾਊਂਡ ਦੇ ਵਿੱਚ ਕਮੇਟੀ ਵਾਲੇ ਸੱਜਣ ਵੀ ਆ ਉਹ ਸਾਰੇ ਸਾਈਡ ਤੇ ਹੋ ਜਾਓ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਹੈਲੋ ਗਰਾਊਂਡ ਤੋਂ ਸਾਈਡ ਤੇ ਹੋ ਜਾਓ ਬਾਈ ਇੱਕੋ ਮਿੰਟ ਜੀ ਮੈਨੂੰ ਰਿਜਲਟ ਸਾਂਝਾ ਕਰ ਲੈਣ ਜੀ ਨੰਬਰਦਾਰ ਸਾਹਿਬ ਇਸ ਮੈਚ ਚੋਂ ਮੋਗੇ ਦੀ ਟੀਮ ਦੇ ਪੁਆਇੰਟ 6.5 ਪੁਆਇੰਟ ਅਕਾਲਸਰ ਮੋਗਾ ਔਰ 13 ਪੁਆਇੰਟ ਆਗਰ ਦੀ ਟੀਮ ਦੇ ਜੀ ਚੱਲਦੇ ਹੋਏ ਫਾਈਨਲ ਮੈਚ ਚੋਂ ਅੱਜ ਦੇ ਵਿਨਰ ਰਹੀ ਹੈ ਆਗਰ ਦੀ ਟੀਮ ਤੇ ਦੂਸਰੇ ਨੰਬਰ ਤੇ ਟੀਮ ਜਿਹੜੀ ਹੈ ਆਪਣੇ ਸ਼ਹਿਰ ਅਕਾਲਸਰ ਮੋਗੇ ਦੀ ਟੀਮ ਹੈ 4500 ਰੁਪਇਆ ਪੁੱਤਲਾ ਜੀ ਲੈ ਜੀ ਔਰ ਮੁਬਾਰਕਬਾਦ ਦੋਨੋਂ ਟੀਮਾਂ ਨੂੰ ਆ ਜੀ ਓਪਨ ਦੀਆਂ ਦੋਨੋਂ ਟੀਮਾਂ ਗਰਾਊਂਡ ਪਹੁੰਚਣ ਫਾਈਨਲ ਦੀਆਂ ਓਪਨ ਦੀਆਂ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਪਹੁੰਚਣ ਜੀ ਔਰ ਬੈਟਲੇਟ ਤੇ ਜਾਫੀ ਕੱਢੀਏ ਜੀ ਆਪਾਂ ਦੱਸੋ ਹੁਣ ਦੱਸੋ ਬੋਲੀਏ ਔਰ ਬੈਸਟ ਰੇਡਰ ਹਾਂਜੀ ਕਰਮੀ ਸੋਹਣਾ ਜਲਾਲਾਬਾਦੀ ਆ ਬੈਠ ਜਾਫੀ ਜੀ ਤੇ ਕਰਨੀ ਭਾਈ ਰੂਪਿਆ ਦਾ ਆਉਗੜਾ ਟੀਮ ਖੇਡਦਾ ਸੀ ਆ ਕਰਨੀ ਭਾਈ ਰੂਪਾ ਬੈਸਟ ਰੇਡਰ ਰਿਹਾ ਹੈ ਤੇ ਸੋਹਣਾ ਜਲਾਲਾਬਾਦੀ ਆ ਸਾਡਾ ਵੀਰ ਬੈਠ ਜਾਫੀ ਰਿਹਾ ਹੈ 3100 ਰੁਪਇਆ ਨਗਦ ਦੇ ਕੇ ਇਹਨਾਂ ਦਾ ਵਿਸ਼ੇਸ਼ ਸਿਕਿਉਰਿਟੀ ਵਾਲੇ ਵੀਰਾਂ ਨੂੰ ਦਰਸ਼ਕ ਵੀਰਾਂ ਨੂੰ ਸਾਈਡ ਤੇ ਕਰ ਦਿਓ ਹਾਂ ਬਈ ਕਬੱਡੀ ਓਪਨ ਦੀਆਂ ਟੀਮਾਂ ਨੂੰ ਦੋਨਾਂ ਨੂੰ ਬੇਨਤੀ ਹੈ ਬਈ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਹਨੇਰਾ ਵੀ ਕਾਫੀ ਹੋ ਚੁੱਕਿਆ ਹੈ ਕਈਆਂ ਦਾ ਮੇਰੇ ਨਾਲ ਸਾਈਕਲਾਂ ਦਾ ਵਾਰ ਦਾ ਵੀ ਟਾਈਮ ਹੋ ਗਿਆ ਹੈਲੋ 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 ਕਮੈਂਟਰੀ ਵਾਲੇ ਵੀਰ ਨੂੰ ਬੇਨਤੀ ਹੈ ਉਹਨਾਂ ਚਿਰ ਮੈਚ ਨਾ ਚਲਾਇਓ ਜਿੰਨਾ ਚਿਰ ਵਿੱਚ ਦਰਸ਼ਕ ਬੈਠੇ ਆ ਨਹੀਂ ਚਲਾਉਂਦੇ ਸਾਈਡ ਤੇ ਕਰਕੇ ਸਾਰਿਆਂ ਨੂੰ ਮੈਚ ਫੇਰ ਚੱਲੇ ਜੀ ਅੱਛਾ ਅੱਛਾ ਨਹੀਂ ਉਹਨਾਂ ਚਿਰ ਮੈਚ ਨਹੀਂ ਚਲਾਉਣਾ ਜਿੰਨਾ ਚਿਰ ਦਰਸ਼ਕ ਬੈਠੇ ਆ ਦਰਸ਼ਕ ਗਰਾਊਂਡ ਦੇ ਵਿੱਚ ਯਾਰ ਠੀਕ ਹੈ ਨੰਬਰਦਾਰ ਸਾਹਿਬ ਲਓ ਵੀ ਆਪਾਂ ਗੱਲ ਕਰਦੇ ਹਾਂ ਮੱਖਣ ਬਰਾੜ ਦੇ ਅਚਾਰ ਕ ਲੈਣਾ ਹੈ ਦੋਨੇ ਹੀ ਓਪਨ ਦੀਆਂ ਟੀਮਾਂ ਕਬੱਡੀ ਓਪਨ ਦੀਆਂ ਦੋਨੋਂ ਹੀ ਟੀਮਾਂ ਫਾਈਨਲ ਮੁਕਾਬਲੇ ਦੀਆਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਤੇ ਮੱਖਣ ਬਰਾੜ ਦੀਆਂ ਲਿਖੀਆਂ ਹੋਈਆਂ ਚਾਰ ਕਲੈਣਾ ਮੱਖਣ ਬਰਾੜ ਸਾਹਿਬ ਗੱਲ ਕਰਦੇ ਹੁੰਦੇ ਕਹਿੰਦੇ ਅਸੀਂ ਆਏ ਸੀ ਬਾਹਰੋਂ ਤੇ ਕਿਸੇ ਯਾਰ ਦੋਸਤ ਨੇ ਮੱਛੀ ਮੁੱਛੀ ਖਾਣੀ ਸੀ ਪੈਗ ਲਾਉਣ ਲਈ ਉੱਠ ਕੇ ਕੋਟਕਪੂਰੇ ਉੱਥੇ ਕੋਈ ਬੰਦਾ ਕਹਿੰਦਾ ਸੀ ਤੁਸੀਂ ਗਾਣੇ ਬਹੁਤ ਲਿਖੇ ਆ ਕਿਸੇ ਨੇ ਦਾਰੂ ਤੇ ਲਿਖਤਾ ਕਿਸੇ ਨੇ ਠੇਕੇ ਤੇ ਲਿਖਤਾ ਹਾਥੇ ਤੇ ਕਿਸੇ ਨੇ ਕੋਈ ਗੱਲਾਂ ਨੇ ਲਿਖਿਆ ਹਾਥੇ
ਉਹ ਮੱਖਣ ਦਰਾਜ ਸਾਹਿਬ ਵੀਰਾਂ ਨੂੰ ਬੇਨਤੀ ਹੈ ਜੀ ਗਰਾਊਂਡ ਦੇ ਵਿੱਚੋਂ ਸਾਈਡ ਤੇ ਹੋ ਜਾਓ ਵੀ ਜਿਹੜੀਆਂ ਗੱਲਾਂ ਪ੍ਰਬੰਧਕ ਕਮੇਟੀ ਵਾਲੇ ਵੀਰ ਵੀ ਗਰਾਊਂਡ ਤੋਂ ਸਟੇਜ ਤੇ ਹੋ ਜਾ ਪਾਸੇ ਹੋ ਜਾਣ ਜਿਹੜਿਆਂ ਨੇ ਪੁਆਇੰਟ ਲਿਖਣੇ ਆ ਸਿਰਫ ਦੋ ਤਿੰਨ ਬੰਦੇ ਉਹੀ ਰਹਿਣ ਖਾਤੇ ਦੇ ਵਿੱਚ ਜੋ ਕੁਛ ਗੱਲਾਂ ਉਹਨਾਂ ਨੇ ਦੇਖੀਆਂ ਕਹਿੰਦਾ ਮੈਂ ਘਰੇ ਆ ਕੇ ਕਾਪੀ ਤੇ ਲਿਖ ਲਿਆ ਸੋ ਉਹਨਾਂ ਦੇ ਲਿਖੀਆਂ ਹੋਈਆਂ ਲੈਣਾ ਚਾਰ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਆ ਕਹਿੰਦੇ ਵੀ ਦਾਰੂ ਪੀਣ ਦਾ ਹਾਤਾ ਫੜ ਕੇ ਦਾਰੂ ਪੀਣ ਦਾ ਹਾਤਾ ਫੜ ਕੇ ਬੋਤਲ ਖੋਲੀ ਅੰਦਰ ਵੜ ਕੇ ਝੱਟ ਟਕਾ ਤਾ ਉਹ ਨਾ ਖਾਰਾ ਭੋਰਾ ਢਿੱਲ ਨਾ ਕੀਤੀ ਪੀਤੀ ਮੈਂ ਯਾਰਾ ਇੱਕ ਦਿਨ ਹਾਤੇ ਵਿੱਚ ਬਹਿ ਕੇ ਪੀਤੀ ਕਿਸੇ ਨੇ ਕਹਿੰਦਾ ਮੂਲੀ ਮੰਗ ਲਿਆ ਕਿਸੇ ਮੰਗਾ ਲਈ ਮੱਛੀ ਇੱਕ ਨੇ ਆਖਿਆ ਗਾਲ ਕੱਢ ਕੇ ਰਾਇਤਾ ਹੈ ਕਿ ਲੱਸੀ ਸਾਡੀ ਵੀ ਗੱਲ ਸੁਣ ਜਾ ਮਿੱਤਰਾ ਕਿਉਂ ਫਿਰਦਾ ਆਖੀਆਂ ਮੀਚੀ ਪੀਤੀ ਮੈਂ ਯਾਰਾ ਇੱਕ ਦਿਨ ਹਾਤੇ ਵਿੱਚ ਦੇ ਕੇ ਬਹਿ ਕੇ ਪੀਤੀ ਕਿਸੇ ਨੇ ਮੂਹਰੇ ਪਊਆ ਰੱਖਿਆ ਕਿਸੇ ਨੇ ਮੂਹਰੇ ਅਧੀਆ ਸਭ ਧਰਮਾਂ ਦੇ ਬੰਦੇ ਉੱਤੇ ਲੱਗੀ ਗੱਲ ਮੈਨੂੰ ਵਧੀਆ ਇੱਕੋ ਜੱਗ ਚੋਂ ਪਾ ਕੇ ਪਾਣੀ ਸਭ ਨੇ ਪਤਲੀ ਕੀਤੀ ਪੀਤੀ ਮੈਂ ਯਾਰਾ ਇੱਕ ਦਿਨ ਹਾਤੇ ਵਿੱਚ ਬਹਿ ਕੇ ਪੀਤੀ ਸੇਠ ਜੱਟ ਮਜ਼ਦੂਰ ਵੀ ਇੱਥੇ ਲਾਉਣ ਸੁਰਗ ਨੂੰ ਪੌੜੀ ਘਰੇ ਜਨਾਨੀ ਕੱਢੇ ਗਾਲਾਂ ਕਰਦੀ ਬੌੜੀ ਬੌੜੀ ਮੱਖਣ ਬਰਾੜਾ ਲਿਖਦੇ ਅੱਜ ਤੋਂ ਸਾਰਿਆਂ ਦੀ ਹੱਡ ਬੀਤੀ ਪੀਤੀ ਮੈਂ ਇੱਕ ਦਿਨ ਯਾਰਾ ਹਾਤੇ ਵਿੱਚ ਬਹਿ ਕੇ ਪੀਤੀ ਮੰਗੀ ਕਲੇਰ ਦੀ ਬਹੁਤ ਸਾਰਾ ਮਾਣ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਬਹੁਤ ਧੰਨਵਾਦ ਲਓ ਜੀ ਕੱਲਾਂ ਦੀ ਟੀਮ ਜਿਹੜੀ ਹੈ ਗਰਾਊਂਡ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਮੇਰੀ ਬੇਨਤੀ ਹੈ ਮਹਲਾ ਕਲਾਂ ਦੇ ਖਿਡਾਰੀਆਂ ਨੂੰ ਵੀ ਜਲਦੀ ਪਹੁੰਚੋ ਸਮਾਂ ਬਹੁਤ ਵਿੱਚ ਗਿਆ ਬਲਜੀਤ ਕਿੱਥੇ ਮੇਰੀ ਆਵਾਜ਼ ਸੁਣਦੇ ਸਮੇਂ ਵਰਗੇ ਵਧੀਆ ਖਿਡਾਰੀ ਮੇਰੀ ਬੇਨਤੀ ਹੈ ਬਗੀਚਾ ਇੰਦਗੜ ਅਮਰੂ ਜਨੇਤਪੁਰਾ ਤੇ ਸੋਖਾ ਹਰਦਾਸਾ ਬਈ ਆਪਣੇ